94.3 ਮਾਈ ਐਫਐਮ ਤੇ ਮੇਰੇ ਵੱਲੋਂ ਯਾਨੀ ਆਰਜੇ ਜੱਸੀ ਦੇ ਵੱਲੋਂ ਸਾਰਿਆਂ ਨੂੰ ਮੋਹ ਭਰੀ ਸਤਿ ਸ਼੍ਰੀ ਅਕਾਲ। ਅਕਸਰ ਪੰਜਾਬੀ ਫਿਲਮਾਂ ਜਾਂ ਪੰਜਾਬੀ ਗਾਣੇ ਜਦੋਂ ਆਉਂਦੇ ਆ ਤਾਂ ਦਿਲਾਂ 'ਤੇ ਰਾਜ ਉਦੋਂ ਕਰਦੇ ਆ ਜਦੋਂ ਉਹ ਜ਼ੁਬਾਨ 'ਤੇ ਚੜ੍ਹਦੀਆਂ ਹੈ ਜੀ ਚੀਜ਼ਾਂ। ਅਤੇ ਬਹੁਤ ਸਾਰੀਆਂ ਗੱਲਾਂ ਅੱਜ ਆਪਾਂ ਕਰਨੀਆਂ ਨੇ ਪਿਛਲੇ ਕਾਫੀ ਦਿਨਾਂ ਤੋਂ। ਵੈਸੇ ਦੱਸ ਦਈਏ ਕਿ ਯਾਦ ਹੋਏਗਾ ਪਿਛਲੇ ਬਹੁਤ ਸਾਲ ਪਹਿਲਾਂ ਮੁਕਲਾਵਾ ਸ਼ਬਦ ਮੂੰਹ 'ਤੇ ਉਦੋਂ ਚੜ੍ਹਿਆ ਸੀਗਾ ਜਦੋਂ ਆਪਣੇ ਜ਼ਹਿਨ 'ਚ ਉਹ ਲਫ਼ਜ਼ ਆਏ ਸੀਗੇ, ਹੱਥੀਂ ਸੂਰਜ, ਰੰਗੀ ਮਹਿੰਦੀ, ਮਹਿੰਦੀ ਜਾਵੇ ਕੁਝ ਕੁਝ ਕਹਿੰਦੀ, ਚੰਨ ਸਿਤਾਰੇ ਜੜੇ ਕਲੀਰੇ, ਸਿੱਧੀ ਝਲਕ ਦਿਲਾਂ 'ਤੇ ਪੈਂਦੀ, ਗੱਲ ਕਿਸੇ ਦੇ ਸਮਝ ਨਾ ਆਵੇ, ਮਿੱਤਰਾਂ ਨੂੰ ਇੰਝ ਲੱਗਦਾ ਜਿਵੇਂ ਸੱਜਰੇ ਚੱਲਣ ਮੁਕਲਾਵੇ। ਅਤੇ ਹੁਣ ਮੁਕਲਾਵਾ ਇਸ ਕਰਕੇ ਜ਼ੁਬਾਨ 'ਤੇ ਚੜ੍ਹ ਰਿਹਾ ਕਿਉਂਕਿ ਮੁਕਲਾਵਾ ਫਿਲਮ ਆ ਰਹੀ ਹੈ ਜੀ 24 ਮਈ ਨੂੰ, ਅਤੇ ਉਹਦੇ ਨਾਲ ਜੁੜੀ ਹੋਇਆ ਇੱਕ ਨਗੀਨਾ ਉਸ ਫਿਲਮ ਦਾ ਆਪਣੇ ਨਾਲ ਹੈ ਜੀ, ਯਾਨੀ ਕਿ ਐਮੀ ਵਿਰਕ। ਐਮੀ ਵੀਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਵੈਲਕਮ ਹੈ ਪਹਿਲਾਂ ਤਾਂ, ਅਤੇ ਮੁਬਾਰਕਾਂ ਮੁਕਲਾਵੇ ਦੀ। ਥੈਂਕ ਯੂ ਸੋ ਮਚ ਭਾਜੀ। ਅਤੇ 24 ਤਰੀਕ ਨੂੰ ਆਉਣਾ ਭਾਜੀ, ਆਪਾਂ ਇਕੱਠੇ ਚੱਲਾਂਗੇ ਵੇਖਿਆ ਲੈਣ। ਸਹੀ ਗੱਲ ਹੈ। ਅਤੇ 94.3 ਮਾਈ ਐਫ ਐਮ ਦੇ ਜਿੰਨੇ ਵੀ ਲਿਸਨਰਸ ਨੇ ਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਤਹਿ ਦਿਲੋਂ ਸਤਿਕਾਰ, ਪਿਆਰ ਅਤੇ ਜੀ ਆਇਆਂ ਨੂੰ। ਐਮੀ ਵੀਰੇ, ਵੈਸੇ ਤਾਂ ਜਨਮ ਦਿਨ ਤੁਹਾਡਾ ਥੋੜੇ ਦਿਨ ਪਹਿਲਾਂ ਗੁਜ਼ਰਿਆ। ਜੀ ਜੀ ਜੀ। ਜਨਮ ਦਿਨ ਦਾ ਕਿੱਦਾਂ ਸੈਲੀਬ੍ਰੇਟ ਹੋਇਆ ਫਿਰ ਇਸ ਵਾਰੀ? ਚਾਹ ਤੁਹਾਨੂੰ ਓਨਾ ਹੀ ਹੁੰਦਾ ਜਾਂ ਨਹੀਂ? ਇਸ ਹੁਣ ਚਾਹ ਚੁੱਕ ਗਏ ਹੁਣ ਤਾਂ ਬੇਸਿਕਲੀ ਮੈਨੂੰ ਹੋ ਗਏ ਭਾਜੀ 3-4 ਸਾਲ। ਚਾਰ ਜਦੋਂ ਨਿੱਕਾ ਜੈਲਦਾਰ 1 ਦਾ ਸ਼ੂਟ ਚੱਲਦਾ ਸੀ ਭਾਜੀ, ਉਸ ਸਾਲ ਤੋਂ ਲੈ ਕੇ ਇਸ ਬਰਥਡੇ ਤੱਕ ਮੇਰਾ ਆਲਮੋਸਟ ਪਲੇਨ 'ਚ ਹੀ ਹੁੰਦਾ ਭਾਜੀ ਸਾਰਾ ਬਰਥਡੇ। ਅੱਛਾ। ਮੈਂ ਉਸ ਡੇ ਪਹਿਲੀ ਵਾਰੀ ਅਮੈਰੀਕਾ ਗਿਆ ਸੀਗਾ, 2-3 ਵਾਰੀਆਂ ਪਿਛਲੀਆਂ, ਇੱਕ ਵਾਰੀ ਮੇਰੇ ਖਿਆਲ ਇੰਗਲੈਂਡ, 2-3 ਵਾਰੀਆਂ ਪਿਛਲੀਆਂ ਮੈਂ ਕੈਨੇਡਾ ਜਾ ਰਿਹਾ ਸੇਮ ਡੇ 'ਤੇ, ਕਿਉਂਕਿ ਉਹਦੇ ਨੇੜੇ ਤੇੜੇ ਤੀਆਂ ਦਾ ਮੇਲਾ ਆਉਂਦਾ ਹੁੰਦਾ। ਸੋ ਉੱਥੇ ਮੈਂ ਪਿਛਲੇ 2 ਸਾਲ ਪਰਫੋਰਮ ਕੀਤਾ, ਐਤਕੀ ਮੇਰੀ ਫਿਲਮ ਦੀ ਪ੍ਰਮੋਸ਼ਨ ਸੀਗੀ ਅਤੇ ਐਤਕੀ 12 ਤਰੀਕ ਦਾ ਮਤਲਬ ਉੱਥੇ ਮੇਲਾ ਸੀ, ਅਤੇ ਮੈਂ 11 ਨੂੰ ਰਾਤ ਜਦੋਂ ਮਤਲਬ 11 ਚੜ੍ਹੀ ਅਤੇ ਰਾਤ ਨੂੰ 1 ਵਜੇ ਮੈਂ ਟਰੈਵਲ ਕੀਤਾ, ਅਤੇ ਉਹ ਸਾਰਾ ਮਤਲਬ ਦਿਨ ਮੈਂ ਜਹਾਜ਼ 'ਚ ਸੀਗਾ, ਅਤੇ ਪਹਿਲਾਂ 9 ਘੰਟੇ ਦੀ ਫਲਾਈਟ ਸੀ, 6 ਘੰਟੇ ਦਾ ਸਟੇਅ, ਫਿਰ 9 ਘੰਟੇ ਦੀ ਫਲਾਈਟ, ਅਤੇ ਆਲਮੋਸਟ ਸਾਰਾ ਦਿਨ ਨਿਕਲ ਗਿਆ ਜੋ, ਅਤੇ ਫਿਰ ਮੈਂ ਅਗਲੇ ਦਿਨ ਜਾ ਕੇ ਉੱਥੇ 12 ਨੂੰ ਰਾਤ ਨੂੰ ਪਹੁੰਚਿਆ ਅਮਰੀਕਾ। ਬਰਥਡੇ ਮੇਰਾ ਪਲੇਨ 'ਚ ਸੀਗਾ ਜੀ, ਫਿਰ ਉਹ ਜਿਹੜੇ ਪਲੇਨ ਵਾਲੇ ਆ ਉਹ ਕਰਦੇ ਨੇ ਵੈਲਕਮ ਅਮਬੋਰਡ, ਹੈਪੀ ਬਰਥਡੇ ਮਨਿੰਦਰਪਾਲ ਸਿੰਘ, ਇੱਦਾਂ ਕਰਦੇ ਨੇ, ਨਿੱਕਾ ਜਿਹਾ ਕੇਕ ਦੇ ਕੇ ਉਹ ਕੱਟ ਲੈਂਦੇ ਆ। ਅੱਛਾ। ਸੋ ਪਲੇਨ 'ਚ ਹੀ ਹੋ ਜਾਂਦਾ ਜੀ ਮੇਰਾ ਬਰਥਡੇ। ਅਰੇ ਵੈਰੀ ਗੁੱਡ, ਵੈਰੀ ਗੁੱਡ। ਅਤੇ ਵੈਸੇ ਤਾਂ ਉਹ ਬਰਥਡੇ ਐਮੀ ਵਿਰਕ ਨਾਲ ਮਨਾਇਆ ਜਦੋਂ ਸਕੂਲ 'ਚ ਟੋਫੀਆਂ ਲੈ ਕੇ ਜਾਂਦੇ ਹੁੰਦੇ ਸੀ, ਮਨਾਇਆ ਇਸ ਤਰ੍ਹਾਂ ਦੇ ਬਰਥਡੇ? ਹਾਂਜੀ ਹਾਂ, ਉਹ ਬੜਾ ਮੇਰਾ ਸ਼ੁਰੂ ਤੋਂ ਹੀ ਵਧੀਆ ਰਿਹਾ ਉਹ, ਲਾਈਕ ਨਰਸਰੀ ਤੋਂ, ਤੁਸੀਂ ਮੰਨੋ ਵੀ ਨਰਸਰੀ ਤੋਂ ਜਾਂ ਪ੍ਰੀ ਨਰਸਰੀ ਤੋਂ ਲੈ ਕੇ ਮੇਰਾ 10th ਤੱਕ ਜਿਹੜਾ ਮੈਂ ਪੱਕਾ ਹੀ ਮਨਾਇਆ ਬਰਥਡੇ। ਅੱਛਾ। ਅਤੇ ਉਹ ਮੈਂ ਜਿਹੜੇ ਆਪਣੇ ਟੀਚਰਸ ਹੁੰਦੇ ਸੀਗੇ ਸਾਰਿਆਂ ਨੂੰ ਮੈਂ ਪੈਨ ਵੰਡਦਾ ਹੁੰਦਾ ਸੀ। ਅੱਛਾ। ਹਾਂ, ਉਹ ਤੁਸੀਂ ਮਾਈਟ ਵੀ ਪੱਕਿਆ ਨੇ ਜਿਹੜੇ ਮੇਰੇ, ਹੁਣ ਵੀ ਇੰਨਾ ਕੁ ਵੀ ਕੁਛ ਐਡਵਾਂਸ ਨਹੀਂ ਹੋਇਆ ਜੇ, ਤੇ ਅਜੇ ਵੀ ਪੱਕੇ ਨਿਆਣੇ ਵੰਡਦੇ ਹੋਣਗੇ ਜਿਹੜੇ ਆਪਣੇ ਟੀਚਰਸ ਨੂੰ ਪੈਨ ਦਿੰਦੇ ਸੀ। ਟੋਫੀਆਂ ਟੋਫੀਆਂ ਜਿਹੜੇ ਉਹ ਤਾਂ ਬੱਚਿਆਂ ਵਾਸਤੇ ਹੋ ਗਏ ਨਾ ਟੋਫੀਆਂ, ਮਤਲਬ ਸਾਰੀਆਂ ਟੀਚਰਸ ਨੂੰ ਪੈਨ ਦਿੰਦਾ ਹੁੰਦਾ ਸੀਗਾ, ਤੇ ਜਿਹੜੇ ਸਟੂਡੈਂਟਸ ਹੁੰਦੇ ਸੀਗੇ ਨਾਲ ਦੇ ਜਾਂ ਜਿਹੜੇ ਪੜ੍ਹਦੇ ਹੁੰਦੇ ਸੀ, ਮਤਲਬ ਮੈਂ ਆਪਣਾ ਗ੍ਰੈਂਡ ਸੈਲੀਬ੍ਰੇਟ ਆਪਣਾ ਬਰਥਡੇ ਸੈਲੀਬ੍ਰੇਟ ਕਰਦਾ ਹੁੰਦਾ ਸੀਗਾ। ਮੈਂ ਨਰਸਰੀ ਤੋਂ ਲੈ ਕੇ ਮਤਲਬ 8ਵੀਂ 9ਵੀਂ 10ਵੀਂ ਤੱਕ ਜਿੰਨੇ ਵੀ ਤੱਕ ਸਕੂਲ ਸੀਗਾ ਮੈਂ, ਉਹ ਸਾਰੀਆਂ ਕਲਾਸਾਂ ਮੈਂ ਟੋਫੀਆਂ ਵੰਡਦਾ ਹੁੰਦਾ ਸੀ। ਕੁਛ ਬਰਥਡੇ ਇਸ ਕਰਕੇ ਯਾਦ ਰਹਿ ਜਾਂਦੇ ਆ, ਉਹਨਾਂ 'ਚ ਜਾਂ ਤਾਂ ਬਹੁਤਾ ਹੀ ਮੂੰਹ ਮਾਲ ਲਬੇੜਿਆ ਹੁੰਦਾ ਜਾਂ ਕੋਈ ਐਸੀ ਕੋਈ ਐਕਟੀਵਿਟੀ ਹੋਈ। ਕੇਕ ਕੂਕ ਤਾਂ ਭਾਜੀ ਅਸੀਂ ਕਾਲਜ ਕੁਲਜ 'ਚ ਕੱਟਣ ਲੱਗਿਆ, ਮੇਰੇ ਕਾਲਜ ਤੋਂ ਵੀ ਨਿਬੜੀ ਲਿਆ ਸੀ ਕੰਮ, ਜਦੋਂ ਕਲਾਕਾਰ ਬਣਿਆ ਉਦੋਂ ਹੀ ਦੇਖਿਆ ਜੀ ਕੇਕ ਕੂਕ ਤਾਂ ਸਾਨੂੰ ਬਰਥਡਿਆਂ 'ਤੇ। ਅੱਛਾ। ਪਹਿਲਾਂ ਟੋਫੀਆਂ ਵਾਲਾ ਹੁੰਦਾ ਸੀ ਕੰਮ, ਫਿਰ ਉਸ ਤੋਂ ਬਾਅਦ ਬਾਅਦ 'ਚ ਕਾਲਜ ਚੋਂ ਗਰੀਬੀ ਤਬਕਾ ਹੁੰਦਾ ਸੀ, ਪੈਸੇ ਮੁੱਕ ਜਾਂਦੇ ਸੀ। ਅੱਛਾ। ਸੋ ਕਿਉਂਕਿ ਪੀਜੀ ਖਾਣਾ ਪੀਣਾ ਹੈ ਨਾ ਉਹ ਆ ਗਿਆ, ਅਤੇ ਫਿਰ ਮੁੜ ਕੇ ਕੇਕ ਕੂਕ ਇਹ ਤਾਂ ਬਾਅਦ 'ਚ ਹੀ ਦੇਖਣ ਲੱਗਿਆ, ਜਾਂ ਕਿਸੇ ਦੇ ਜਨਮ ਦਿਨ 'ਤੇ ਦੇਖ ਲਏ ਹੋਣਗੇ, ਅਤੇ ਕਿਉਂਕਿ ਨਾਲ ਅਮੀਰ ਜਵਾਕ ਵੀ ਪੜ੍ਹਦੇ ਸੀਗੇ ਬਹੁਤੇ ਕਾਲਜ 'ਚ, ਕਿਤੇ ਉਹਨਾਂ ਦੇ ਦੇਖ ਦੁੱਖ ਲਿਆ ਹੋਊਗਾ, ਊਂ ਅਦਰਵਾਈਜ਼ ਨਹੀਂ ਕਦੇ ਕੱਟਿਆ ਜੀ। ਸਹੀ ਗੱਲ ਹੈ। ਅੱਛਾ, ਦੇਖੋ ਹੁਣ ਆਪਾਂ ਗੱਲ ਮੁਕਲਾਵੇ ਦੀ ਕਰਦੇ ਹਾਂ। ਦੇਖੋ ਚਲੋ ਇਹ ਤਾਂ ਫਿਲਮ ਹੈ ਜੀ ਭਾਜੀ, ਇੱਥੇ ਇਹ ਆਪਾਂ ਨੂੰ ਪਤਾ ਕਿ ਜਿਹੜੀ ਇਹ ਪੀਰੀਅਡ ਫਿਲਮ ਹੈ, ਪਹਿਲਾਂ 10-10-15-15 ਸਾਲ ਬਾਅਦ ਮੁਕਲਾਵਾ ਮਿਲਦਾ ਹੁੰਦਾ ਸੀ, ਜੇ ਆਪਾਂ ਪਹਿਲਾਂ ਦੀ ਗੱਲ ਕਰੀਏ। ਜੀ ਜੀ ਜੀ। ਇਹਦਾ ਮਤਲਬ ਇਹ ਹੈ ਜੇ ਅੱਜ ਦੇ ਟਾਈਮ ਦੀ ਗੱਲ ਕਰੀਏ, ਅੱਜ ਜੇ 6 ਮਹੀਨੇ ਦਾ ਗੈਪ ਵੀ ਵਿਆਹ ਨੂੰ ਪੈ ਜੇ, ਇੰਪੋਸੀਬਲ, ਤਾਂ 6 ਮਹੀਨੇ 'ਚ ਵੀ ਨਾ ਬੰਦਾ ਕਿੰਨੀ ਵਾਰੀ ਕੋਸ਼ਿਸ਼ ਕਰਦਾ ਕੁੜੀ ਨਾਲ ਮਿਲਣ ਦੀ, ਕੁੜੀ ਕੋਸ਼ਿਸ਼ ਕਰਦੀ ਹੈ ਇੱਕ ਦੋ ਵਾਰੀ ਗੱਲਾਂ ਹੋਣ ਜਾਂ ਮਿਲਿਆ ਜਾਵੇ, ਜੇ ਆਪਾਂ 6 ਮਹੀਨੇ ਦੀ ਗੱਲ ਵੀ ਕਰੀਏ, ਪਰ ਉਹ ਟਾਈਮ ਦੇ ਵਿੱਚ ਭਾਜੀ ਆਪਣੇ ਹੱਥਾਂ 'ਚ ਨਾ ਜਿਹੜੇ ਫੋਨ, ਹਾਂ, ਅੱਜ ਕੱਲ੍ਹ ਮੁਕਲਾਵਾ ਫੇਲ ਹੈ ਜੀ, ਮੁਕਲਾਵਾ ਜਿਹੜੀ ਰੀਤ ਹੈ, ਰਿਵਾਜ਼, ਇਹ ਜਿਹੜਾ ਰਿਵਾਜ਼ ਜਾਂ ਰੀਤ ਜਿਹਨੂੰ ਕਹਿੰਦੇ ਆ, ਇਹ ਫੇਲ ਹੈ, ਇੰਪੋਸੀਬਲ ਅੱਜ ਕੱਲ੍ਹ। ਅੱਜ ਕੱਲ੍ਹ ਰਿੰਗ ਸੈਰੇਮਨੀ ਹੁੰਦੀ ਹੈ, ਰਿੰਗ ਸੈਰੇਮਨੀ ਤੋਂ ਬਾਅਦ ਇਹ ਖਤਰਾ ਹੈ ਵੀ 6 ਮਹੀਨਿਆਂ ਬਾਅਦ ਵਿਆਹ ਹੋਣਾ ਕਿ ਨਹੀਂ ਹੋਣਾ, ਤਾਂ ਹੀ ਕਰੇ ਛੇਤੀ ਕਰੋ ਇਹਨਾਂ ਦੀ ਛੇਤੀ ਕਰੋ, ਇਹ ਤਾਂ ਝੱਟ ਮੰਗਣੀ ਪੱਟ ਵਿਆਹ ਵਾਲਾ ਕੰਮ ਹੀ ਹੈ, ਅਤੇ ਜਾਂ ਮਤਲਬ ਜਿਹੜੇ ਰਿਲੇਸ਼ਨਸ ਨੇ ਨਿਆਣੇ, ਉਹ ਲਵ ਮੈਰਿਜਿਸ ਨੇ, ਉਹ ਸਖਾਲੀਆਂ ਹੋ ਜਾਂਦੀਆਂ ਨੇ, ਜਿਹੜੀਆਂ ਅਰੇਂਜ ਮੈਰਿਜਿਸ ਨੇ ਇਹ ਇਹ 6 ਮਹੀਨੇ ਤੋਂ ਬਾਅਦ, ਹਾਂ ਜੇ ਮਤਲਬ ਮੁੰਡਾ ਕੁੜੀ ਇੱਕ ਦੂਜੇ ਨੂੰ ਚਾਹੁਣ ਲੱਗ ਪੈਣ, ਜਾਂ ਮਤਲਬ ਇੱਕ ਦੂਜੇ ਨੂੰ ਮਿਲੇ ਹੈ, ਕਿਉਂਕਿ ਅੱਜ ਕੱਲ੍ਹ ਐਡਵਾਂਸ ਸਾਰਾ ਕੁਛ ਮਿਲਦੇ ਆ, ਉਹਨਾਂ ਲਈ ਈਜ਼ੀ ਹੈ, ਜੇ ਮਿਲੇ ਨਹੀਂ ਗੇ ਜਾਂ ਉਹਨੇ ਉਹਦੀ ਇੰਕੁਆਇਰੀ ਕਰਵਾ ਲਈ, ਉਹਨੇ ਉਹਦੀ ਇੰਕੁਆਇਰੀ ਕਰਵਾ ਲਈ, ਜੇ ਕੋਈ ਫੜ ਹੋ ਗਿਆ ਜਾਂ ਕਿਸੇ ਦੇ ਫੋਨ 'ਚ ਫੋਟੋਆਂ ਦੇਖੋਗੇ ਜਾਂ ਮੈਸੇਜ ਦੇਖੋਗੇ, ਤਾਂ ਪੜਾਕੇ ਹੈ, ਇਹ ਤਾਂ ਚਲੋ
ਤੇ ਐਮੀ ਵੀਰੇ ਇਹ ਜੇ ਬੰਦਿਆਂ ਦੇ ਐਕਸਪੀਰੀਅੰਸ ਤੁਸੀਂ ਸੁਣੇ ਹੈ ਜਾਂ ਸਿਰਫ ਸਟੋਰੀ ਸੁਣੀ ਹੈ? ਨਹੀਂ ਐਕਸਪੀਰੀਅੰਸ ਨਹੀਂ, ਬੰਦੇ ਦੇ ਆਪ ਐਕਸਪੀਰੀਅੰਸ ਕੀ ਬਈ? ਹਾਂ, ਆਪ ਵੀ ਐਕਸਪੀਰੀਅੰਸ ਮੈਂ ਸੁਣਿਆ ਮਕਲਾਵੇ ਦੇ। ਅੱਛਾ, ਐਕਸਪੀਰੀਅੰਸ ਮਤਲਬ ਇਹ ਕੋਈ ਜ਼ਿਆਦਾ ਤੁਸੀਂ ਮਤਲਬ ਹੁੰਦੇ ਰਹੇ ਆ 70s ਤੱਕ, ਠੀਕ ਹੈ, ਹਾਂ 80s ਤੱਕ ਤੁਸੀਂ ਮੰਨ ਕੇ ਚੱਲੋ ਹੁੰਦੇ ਰਹੇ ਆ ਇਹ ਚੀਜ਼ਾਂ, ਤੇ ਇਹ ਕੋਈ ਖਾ ਉਦੋਂ ਆ ਯਾਰ ਅੱਖੀਂ ਵੇਖਿਆ 5-6 ਦਿਨਾਂ ਵਾਲਾ ਤਾਂ ਮੈਂ ਭਾਜੀ ਬਰਾਤੇ ਗਿਆ। ਅੱਛਾ, ਜਿਹੜਾ 5-6 ਦਿਨ ਦਾ ਮਕਲਾਵਾ ਹੁੰਦਾ ਸੀ ਵੀ 5-6 ਦਿਨਾਂ ਬਾਅਦ ਕੁੜੀ ਤੋਰਾਂਗੇ, ਉਹ ਤਾਂ ਹੁੰਦਾ ਸੀਗਾ, ਅੱਜ ਕੱਲ੍ਹ ਤਾਂ ਮਤਲਬ ਸੇਮ ਡੇ ਹੀ ਹੋ ਜਾਂਦਾ। ਤੇ ਉਹ ਤਾਂ ਮਤਲਬ ਮੈਂ ਵੀ ਆਪਣੀ ਸੁਰਤ 'ਚ ਹਾਂ, ਹਾਲਾਂਕਿ ਮੈਂ ਮਤਲਬ ਐਡਾ ਪੁਰਾਣਾ ਨਹੀਂ, ਮੈਂ 92 ਬੋਰਨ ਹਾਂ, ਤੇ ਉਹ ਮਤਲਬ ਆਪਣੀ ਮੈਂ ਉਹਦੇ ਸੁਰਤ 'ਚ ਵੇਖੇ 2000 ਦੇ ਨੇੜੇ ਤੇੜੇ 98-2000 ਦੀ ਸੁਰਤ ਸੀਗੀ ਮੈਨੂੰ 7-8 ਸਾਲਾਂ ਦਾ ਸੀ, ਸੋ ਉਦੋਂ ਵੀ ਹੁੰਦਾ ਸੀ। ਤੇ ਤੁਸੀਂ ਇਹਦੇ 'ਚ ਜਿਹੜਾ ਗੈਪ ਦਿਖਾਇਆ ਉਹ ਕਾਫੀ ਲੰਬਾ ਹੈ, ਇਹਦੇ ਸਾਲ ਦਾ ਭਾਜੀ ਆਪਣੀ ਫਿਲਮ 'ਚ 1 ਸਾਲ ਵਾਲਾ? ਜੀ ਓਕੇ, ਸਾਲ ਵਾਲਾ। ਤੇ ਜਿਹੜੇ ਪਾਪੜ ਵੇਲੇ ਗਏ ਹੈ ਤੁਹਾਡੇ ਵੱਲੋਂ ਤਾਰੋ ਨੂੰ ਮਿਲਣ ਲਈ, ਜੀ ਜੀ ਜੀ, ਹੁੰਦੇ ਤਾਂ ਹੋਰ ਤਾਂ ਚੀਜ਼ਾਂ ਬਹੁਤ ਸਕਦੀਆਂ ਸੀਗੀਆਂ, ਮੈਨੂੰ ਲੱਗਦਾ ਕਿ ਮਿਲਣ ਦੇ ਢੰਗਾਂ 'ਚ ਕੋਮੇਡੀ ਨਿਕਲਣੀ ਬਹੁਤ ਸਿਚੁਏਸ਼ਨਸ ਹੋ ਸਕਦੀਆਂ ਸੀਗੀਆਂ। ਭਾਜੀ ਛਾਂਟੀਆਂ, ਵੇਖੋ ਉਹ ਇੱਕ ਤਾਂ ਕੁੜੀ ਦੇ ਮੂੰਹ ਸਿਰ 'ਤੇ ਘੁੰਡ ਸੀਗਾ। ਅੱਛਾ, ਕੁੜੀ ਨੇ ਆਪਣਾ ਘਰ ਵਾਲਾ ਨਹੀਂ ਵੇਖਿਆ, ਠੀਕ ਹੈ, ਅਤੇ ਨਾ ਉਹ ਤੋਂ ਫੋਟੋ ਆਉਂਦੀਆਂ, ਹਾਂ, ਨਾ ਵੇਖੀ ਫੋਟੋ, ਠੀਕ ਹੈ, ਅਤੇ ਲਾਵਾਂ ਵੇਲੇ ਵੀ ਉੱਤੇ ਘੁੰਡ ਸੀਗਾ, ਅਤੇ ਜਦੋਂ ਬਾਅਦ 'ਚ ਉਹਨੂੰ ਡੋਲੀ ਤੋਰੀ ਆ ਉਹਦੀ ਤੇ ਸਾਡੇ ਘਰ ਆ ਗਈ, ਉਦੋਂ ਵੀ ਸਿਰ 'ਤੇ ਘੁੰਡ ਸੀਗਾ, ਤੇ ਅਗਲੇ ਦਿਨ ਉਦਣ ਸੁੱਤੇ ਨੀਗੇ ਰਾਤ ਨੂੰ, ਤੇ ਉਹ ਚੁਬਾਰੇ ਸੁੱਤਾ ਮੁੰਡਾ ਜਾ ਕੇ, ਦੋਨੇ ਭਰਾ ਚੁਬਾਰੇ ਸੁੱਤੇ ਨੇ ਤੇ ਕੁੜੀਆਂ ਥੱਲੇ ਅੰਦਰ ਜਿੱਥੇ ਮਤਲਬ ਨਾਲ ਮੇਲ ਆਇਆ ਉੱਥੇ ਸੁੱਤੇ ਨੇ, ਤੇ ਅਗਲੇ ਦਿਨ ਉਹ ਸੁੱਤਾ ਹੁੰਦਾ ਤੇ ਉਹਨੂੰ ਲੈ ਗਏ ਕੁੜੀ ਨੂੰ ਆਪਣੇ ਪੇਕੇ ਕੋਲ, ਤਾਂ ਹੀ ਆਪਣੇ ਪੇਕੇ ਵਾਪਸ ਚਲ ਜਾਂਦੇ ਹੁੰਦੇ ਵੀ ਸਾਲ ਬਾਅਦ ਤੋਰਾਂਗੇ, ਠੀਕ ਹੈ। ਹੁਣ ਇਹਨੂੰ ਤਾਂ ਪਤਾ ਲੱਗ ਗਿਆ, ਇਹਨੇ ਤਾਂ ਔਖੇ ਔਖੇ ਪਤਾ ਕਰ ਲਿਆ ਵੀ ਕੁੜੀ ਕਿਹੜੀ ਹੈ, ਕਿਹੋ ਜਿਹੀ ਦਿਖਦੀ ਹੈ, ਕੁੜੀ ਦੇ ਮੂਹਰੇ ਫਰੀ ਜਾਂਦਾ ਉਹਨੂੰ ਪਤਾ ਨਹੀਂ ਕੌਣ ਇਹ, ਹਾਂ ਉਹਨੂੰ ਕਿੱਥੋਂ ਪਤਾ ਲੱਗੇ, ਗੱਲ ਕਿੱਥੋਂ ਪਤਾ ਲੱਗੂਗਾ, ਯੈਸ ਯੈਸ ਯੈਸ, ਇਹਨੇ ਉਹਦਾ ਮੂੰਹ ਵੇਖ ਲਿਆ ਤੇ ਉਹਨੂੰ ਪਤਾ ਨਹੀਂ ਵੀ ਕੌਣ ਹੈ, ਉਹ ਜਦੋਂ ਜਦ ਵੀ ਉਹਨੂੰ ਮੈਂ ਦੱਸਾਂ ਵੀ ਮੈਂ ਉਹ ਹਾਂ, ਤੇ ਉਹ ਚੱਕਰ ਆ ਉਹ ਮਤਲਬ ਵੇਖਣਾ ਉਹਨੂੰ, ਉਹ ਉਹ ਇਹ ਰਿਐਲਿਟੀ ਦੇ ਵਿੱਚ ਹੁੰਦੇ ਸੀਗੇ ਉਹਨਾਂ ਦੇ, 1-2-3 ਸਾਲ ਦਾ ਮਕਲਾਵਾ ਹੁੰਦਾ ਸੀ, ਵੇਖਿਆ ਨਹੀਂ ਸੀ ਹੁੰਦਾ, ਮਤਲਬ ਬਜ਼ੁਰਗਾਂ ਨੇ ਗੱਲ ਪੱਕੀ ਕਰਤੀ ਤੇ ਵੇਖਿਆ ਨਹੀਂ ਸੀ ਹੁੰਦਾ, ਉਹ ਇੱਕ ਜਦੋਂ ਜਦ ਹੁੰਦੀ ਸੀ ਵੀ ਵੇਖਣਾ ਆਪਣੇ ਲਾਈਫ ਪਾਰਟਨਰ ਦਾ ਮੂੰਹ, ਅਲੂ ਕ੍ਰੇਜ਼ ਤਾਂ ਹੁੰਦਾ ਹੀ ਹਰ ਬੰਦੇ ਨੂੰ, ਭਾਵੇਂ ਬਜ਼ੁਰਗ ਸੀਗੇ ਉਹ ਜਾਂ ਬਜ਼ੁਰਗ ਆਏ ਪੁਰਾਣੇ ਜ਼ਮਾਨੇ ਦੇ ਸੀਗੇ, ਸੋ ਮਤਲਬ ਹਰ ਤਾਂ ਮਤਲਬ ਇਹ ਚੀਜ਼ ਤਾਂ ਹੈਗੀ ਹੋਈ ਹੈ ਵੀ ਜਿਹਦੇ ਨਾਲ ਰਹਿਣਾ ਸਾਰੀ ਉਮਰ। ਜਿਹੜੇ ਤਰੀਕੇ ਅਪਣਾਏ ਗਏ ਆ ਕਿ ਵੀ ਜਿਹਦੇ ਚੋਂ ਸਿਚੁਏਸ਼ਨਲ ਕਾਮੇਡੀ ਨਿਕਲਣੀ ਹੈ, ਜਿਹੜੇ ਤਰੀਕਿਆਂ ਨਾਲ ਕਿ ਉਹਨੂੰ ਜਾ ਕੇ ਮਿਲਾਂ ਤਾਂ ਦੇਖਾਂ, ਉਹ ਤਰੀਕੇ ਤਾਂ ਬਹੁਤ ਹੁੰਦੇ ਹੋਣੇ, ਫਿਰ ਤੁਸੀਂ ਛਾਂਟੇ ਹੋਣੇ, ਛਾਂਟੇ ਗਏ ਨੇ ਬੇਸਿਕਲੀ, ਉਹ ਮਤਲਬ ਕਾਮੇਡੀ ਦਿਖੂਗੀ ਤੁਹਾਨੂੰ, ਉਹ ਮਤਲਬ ਸਾਰੇ ਰੀਅਲ ਜੇ ਜਿੱਦਾਂ ਦੇ ਕਰੈਕਟਰ ਕਰਦੇ ਸੀਗੇ ਨਾ ਸਾਰੇ ਬੰਦੇ ਉਦਾਂ ਦੇ, ਮਤਲਬ ਜਿੱਦਾਂ ਕਿ ਰੀਅਲ ਹੋਏ ਗਏ ਨੇ, ਜਿਵੇਂ ਜਿਵੇਂ ਚੀਜ਼ਾਂ ਹੋਈਆਂ ਨੇ ਰਾਤ ਬਰਾਤੇ ਜਾਣ ਵਾਲਾ ਵੀ ਜਾਂ ਮੇਲੇ 'ਚ ਵੇਖਣ ਵਾਲਾ ਇੱਕ ਦੂਜੇ ਨੂੰ, ਸਾਰੀਆਂ ਚੀਜ਼ਾਂ ਤੁਹਾਨੂੰ ਵਿਖਾਈਆਂ ਜਾਣਗੀਆਂ ਫਿਲਮ ਦੇ ਵਿੱਚ। ਦੇਖੋ ਐਮੀ ਵੀਰੇ, ਕਿੰਨੇ ਟਾਈਮ ਤੋਂ ਤੁਸੀਂ ਕੈਮਰਾ ਫੇਸ ਕਰਦੇ ਹੋ, ਕਿੰਨੀਆਂ ਮੂਵੀਜ਼ ਕਰ ਚੁੱਕੇ ਹੋ, ਹੁਣ ਤਾਂ ਕਈ ਸੀਨ ਇੱਦਾਂ ਹੀ ਨਿਕਲਦੇ ਜਾਂਦੇ ਹੋਣੇ ਆ, ਪਰ ਕੋਈ ਸੀਨ ਐਸਾ ਵੀ ਹੁੰਦਾ ਜਿਹਦੇ 'ਚ ਹੁੰਦਾ ਕੁਛ ਨਹੀਂ, ਅੜ ਜਾਂਦਾ? ਬਹੁਤ ਹੁੰਦਾ ਭਾਜੀ, ਇੱਦਾਂ ਹੀ ਹੁੰਦਾ, ਔਖੇ ਸੀਨ ਤਾਂ ਭਾਜੀ ਬਹੁਤ ਸਖਾਲੇ ਹੋ ਜਾਂਦੇ ਆ, ਇਹ ਇੰਟਿਊਸ਼ਨਸ ਵੀ ਨੇ ਭਾਜੀ, ਜਿੱਦਣ ਆਪਾਂ ਨੂੰ ਲੱਗੇ ਵੀ ਅੱਜ ਦਿਨ ਯਾਰ ਆਪਾਂ ਹਨੇਰੀ ਲਿਆ ਦਾਂਗੇ, ਅੱਜ ਤਾਂ ਫੁੱਲ ਜਾਣਾ, ਅੱਜ ਜਿਮ 'ਚ ਜਾ ਕੇ ਫੱਟੇ ਚੱਕ ਦਾਂਗੇ, ਕੁਛ ਕਰ ਦਾਂਗੇ, ਜਾ ਕੇ ਭਾਰ ਨਹੀਂ ਚੱਕ ਹੁੰਦਾ ਭਾਜੀ, ਜਿੱਦਣ ਐਂ ਲੱਗੇ ਵੀ ਯਾਰ ਸਿਰ ਦੁਖੀ ਜਾਂਦਾ, ਉਦੋਂ ਜਿਮ ਬਹੁਤ ਦਿਲਾ ਦੀ, ਵੈਸੇ ਹੀ ਦਿਨ ਹੁੰਦਾ ਕਈ ਵਾਰੀ ਲੱਗਦਾ ਹੁੰਦਾ ਵੀ ਯਾਰ ਮੈਂ ਸਟੇਜ 'ਤੇ ਅੱਜ ਲਾਉਂਦਾ ਹੁੰਦਾ ਪੂਰਾ ਗਲਾ ਗੁਲਾ ਸਹੀ, ਹਨੇਰੀ ਲਿਆ ਦਾਂਗੇ ਜਾ ਕੇ, ਅਤੇ ਉਦਣ ਜਾ ਕੇ ਫਿਰ ਗਲਾ ਬਹਿ ਜਾਂਦਾ, ਫਿਰ ਲੱਗਦਾ ਵੀ ਗਲਾ ਖਰਾਬ ਹੋ, 15 ਮਿੰਟਾਂ ਖੁੱਲ੍ਹ ਜਾਂਦਾ, ਉਸ ਤੋਂ ਬਾਅਦ ਜੋ ਮਰਜ਼ੀ ਗਈ ਹੋ, ਉਹੀ ਐਕਟਿੰਗ ਦਾ ਹਿਸਾਬ ਹੈ, ਜੇ ਤੁਸੀਂ ਇਹਨੂੰ ਮਤਲਬ ਜਾਂ ਇਹਦੇ 'ਤੇ ਚੜ੍ਹ ਗਏ ਤੁਸੀਂ ਪ੍ਰਾਊਡ ਫੀਲ ਕਰ ਲਾ, ਲੱਸੀ ਦੀ ਲਾ ਦੂੰ ਹਨੇਰੀ, ਉਹ ਤਾਂ ਨਿਕਾਹ ਸੀਨ ਹੈ ਮੈਂ ਅੜਾ ਦੂੰਗਾ, ਉਹ ਅੜ ਜਾਂਦਾ ਫਿਰ, ਉਹ ਕਈ ਵਾਰੀ ਡਾਇਲੋਗ ਉੱਦਾਂ ਦਾ ਅੜ ਜਾਂਦਾ ਜਾਂ ਸਿਚੁਏਸ਼ਨ ਉੱਦਾਂ ਦੀ ਫਸ ਜਾਂਦੀ ਹੈ, ਕਈ ਵਾਰੀ ਸਾਹਮਣੇ ਵਾਲਾ ਆਰਟਿਸਟ ਨਹੀਂ ਹੁੰਦਾ ਪ੍ਰੋਪਰ ਰਿਸਪੋਂਡ ਦਿੰਦਾ ਜਾਂ ਕਿਊ ਨਹੀਂ ਸਹੀ ਦਿੱਤਾ ਜਾਂਦਾ, ਕਈ ਵਾਰੀ ਉਲਝਦਾ ਕੰਮ, ਸੋ ਹੁਣ ਜਿਵੇਂ ਇੱਕ ਸੀਨ ਸੀਗਾ ਸਾਡੇ ਇੱਥੇ, ਮਤਲਬ ਉਹ ਮੇਰਾ ਇੱਥੇ ਮੇਰੇ ਮਤਲਬ ਸ਼ੋਲਡਰਸ 'ਤੇ ਕੈਮਰਾ ਸੀਗਾ, ਮਤਲਬ ਮੇਰਾ ਤੁਸੀਂ ਲਾ ਲਓ ਵੀ ਮੇਰਾ ਉਹ ਸੀ, ਮੇਰੇ ਪਿੱਛੇ ਕੈਮਰਾ ਸੀ, ਮੇਰਾ ਫੇਸ ਨਹੀਂ ਸੀ ਨਜ਼ਰ ਆ ਰਿਹਾ, ਅਤੇ ਮੇਰਾ ਭਾਜੀ ਉਹਨਾਂ ਨਾਲ ਸੀਨ, ਕਰਮਜੀਤ ਭਾਜੀ ਅਤੇ ਸ਼ਰਮਾ ਸਾਹਿਬ, ਸੀਨ ਹੀ ਇੰਨਾ ਕਾਮੇਡੀ ਸੀ, ਮਤਲਬ ਸੀਨ ਇੰਨਾ ਕਾਮੇਡੀ ਨਹੀਂ ਸੀ, ਬਟ ਸਾਹਮਣੇ ਦੋ ਬੰਦੇ ਨੇ ਦਿੱਗਜ ਜਿਨ੍ਹਾਂ ਦੇ ਮੂੰਹ ਲਈ ਵੇਖ ਕੇ ਹਾਸਾ ਆ ਜਾਂਦਾ ਜਦੋਂ ਮਾੜੀ ਜਿਹੀ ਗੱਲ ਕਰਦੇ ਨੇ ਉਹ। ਅੱਛਾ, ਮਤਲਬ ਭਾਜੀ ਆਵਾਜ਼ ਹੀ ਇੱਦਾਂ ਦੀ ਕੱਢਦੇ ਆ ਬੀ ਐਨ ਸ਼ਰਮਾ ਸਾਹਿਬ, ਇੱਕ ਤਾਂ ਭਾਜੀ ਦੇ ਸੱਟਾਂ ਲੱਗੀਆਂ ਫਿਲਮ ਦੇ ਵਿੱਚ ਉਹ ਜਿਹੜਾ ਮਤਲਬ ਜਿਹੜਾ ਸੀਨ ਆ, ਉੱਤੋਂ ਭਾਜੀ ਆਵਾਜ਼ਾਂ ਹਾਏ ਹਾਏ ਇਹੋ ਜਿਹੇ ਤਰੀਕੇ ਨਾਲ ਕਰਨ, ਉਹ ਮੇਰਾ ਇੱਧਰ ਬੈਠੇ ਦਾ ਮੂੰਹ, ਮੈਂ ਇੰਨੀ ਮਤਲਬ ਮੈਂ ਇਕੱਲਾ ਮੂੰਹ ਨਾਲ ਨਹੀਂ ਹੱਸ ਰਿਹਾ, ਮੇਰੀ ਸਾਰੀ ਬੋਡੀ ਸ਼ਿਵਰ ਕਰ ਰਹੀ ਸੀ, ਹੱਸ ਰਿਹਾ ਸੀ, ਮੈਂ ਕੰਬ ਰਿਹਾ ਸੀ ਮਤਲਬ ਹੱਸ ਦੱਸ ਦਾ, ਅਤੇ ਉਹ ਭਾਜੀ ਪਿੱਛੋਂ ਕਹਿੰਦੇ ਸੀ ਭਾਜੀ ਵੀ ਐਮੀ ਕੰਟਰੋਲ ਦੇਖ ਰਿਹਾ, ਐਮੀ ਕੰਟਰੋਲ ਦੇਖ ਰਿਹਾ, ਅਤੇ ਉਹਨਾਂ ਨੇ ਤਾਂ ਮੇਰੇ ਵੱਲ ਦੇਖ ਕੇ ਸੀਨ ਕਰਨਾ ਸੀਗਾ, ਅਤੇ ਜਦੋਂ ਮੈਂ ਹੱਸਿਆ ਕਰਾਂ ਉੱਧਰੋਂ ਭਾਜੀ ਵੀ ਹੱਸ ਪਿਆ ਕਰਨ, ਕਰਮਜੀਤ ਭਾਜੀ ਸ਼ਰਮਾ ਸਾਹਿਬ ਕਿੱਥੇ ਹੱਸਣ, ਸ਼ਰਮਾ ਸਾਹਿਬ ਨੂੰ ਤਾਂ ਇੰਨਾ ਇੰਨੇ ਸਾਲ ਹੋ ਗਏ, ਇੰਨਾ ਐਕਸਪੀਰੀਅੰਸ ਆ, ਡੇ ਬਾਈ ਡੇ ਪਤਾ ਲੱਗਦਾ ਉਸ ਚੀਜ਼ ਦਾ, ਸੋ ਉਹ ਸੀਨ ਇੰਨਾ ਔਖਾ ਸੀ ਕੰਟਰੋਲ ਕੀਤਾ ਨਾ, ਅਤੇ
ਜਦੋਂ ਜਦੋਂ ਫਿਲਮ ਵੇਖੋਗੇ ਜਾ ਕੇ ਉਹਨਾਂ ਦੇ ਨਾ ਸੱਟਾਂ ਸੱਟਾਂ ਲੱਗੀਆਂ ਹੁੰਦੀਆਂ ਤੇ ਮੈਂ ਉਹਨਾਂ ਦੇ ਕੋਲ ਬੈਠਾ ਹੁੰਦਾ ਉਹ ਸੀਨ ਚ ਮੈਂ ਬਹੁਤ ਔਖਾ ਮਤਲਬ ਬਹੁਤ ਜ਼ਿਆਦਾ ਔਖਾ ਕੰਟਰੋਲ ਕੀਤਾ ਸੀਗਾ ਮਤਲਬ ਹੋਰ ਮੂਮੈਂਟਸ ਬਹੁਤ ਸੀਗੇ ਕਿਉਂਕਿ ਕਈ ਵਾਰੀ ਭਾਜੀ ਦਾ ਇੱਕ ਇਮੋਸ਼ਨਲ ਸੀਨ ਚੱਲੇ ਤੇ ਮੈਨੂੰ ਹਾਸਾ ਆ ਗਿਆ ਕਰਾਂ ਫਿਰ ਮੈਨੂੰ ਭਾਜੀ ਮੂੰਹ ਵੇਖ ਕੇ ਹਾਸਾ ਆਇਆ ਗੱਲਾਂ ਯਾਦ ਆ ਜਾਂਦੀਆਂ ਹੁੰਦੀਆਂ ਕਦੇ ਵੀ ਭਾਜੀ ਆਹ ਹੁਣ ਗੱਲ ਐਂ ਕਰਕੇ ਆਏ ਹੁਣ ਰੋਣ ਲੱਗ ਪਏ ਸੋ ਉਹ ਚੀਜ਼ਾਂ ਵੇਖ ਕੇ ਬਹੁਤ ਕਾਮੇਡੀ ਕ੍ਰੀਏਟ ਹੁੰਦੀ ਸੀ ਸੈੱਟ ਦੇਖੋ ਹੁਣ ਤੁਹਾਡੀ ਜਿਹੜਾ ਇਹ ਐਕਸਪੀਰੀਅੰਸ ਹੈ ਪੀਰੀਅਡ ਫਿਲਮਾਂ ਦਾ ਉਦੋਂ ਬਹੁਤ ਚੀਜ਼ਾਂ ਦੇ ਖਿਆਲ ਉਹ ਤਾਂ ਵੈਸੇ ਡਾਇਰੈਕਟਰ ਨੇ ਰੱਖਣੇ ਹੁੰਦੇ ਕਿ ਇਹ ਚੀਜ਼ਾਂ ਦੇ ਪੀਰੀਅਡ ਫਿਲਮਾਂ ਦੇ ਵਿੱਚ ਤੁਸੀਂ ਮੌਜੂਦਾ ਟਾਈਮ ਦੀਆਂ ਵੀ ਫਿਲਮਾਂ ਕਰ ਰਹੇ ਹੋ ਪੀਰੀਅਡ ਫਿਲਮਾਂ ਕੀ ਇਹਦੇ 'ਚ ਕੋਈ ਸਿਖਿਆਈ ਜਾਂ ਔਖਿਆਈ ਹੁੰਦੀ ਹੈ ਕਿ ਸਿਖਿਆਈ ਔਖਿਆਈ ਨਹੀਂ ਹੁੰਦੀ ਉਹ ਡਾਇਰੈਕਟਰ ਅਤੇ ਡੀਓਪੀਜ਼ ਲਈ ਭਾਅ ਜੀ ਥੋੜ੍ਹਾ ਜਿਹਾ ਹੁੰਦਾ ਵੀ ਮਤਲਬ ਇੱਕ ਤਾਂ ਲੋਕੇਸ਼ਨ ਉੱਦਾਂ ਦੀ ਲੱਭੋ ਕੋਸਟਿਊਮਸ ਕੋਸਟਿਊਮ ਡਿਜ਼ਾਈਨਰਸ ਦਾ ਕੰਮ ਆ ਨਾ ਹਾਰਡ ਤੇ ਸਭ ਤੋਂ ਵੱਧ ਸਿਨੇਮੈਟੋਗ੍ਰਾਫਰ ਦਾ ਵੀ ਪਿੱਛੇ ਖੰਭਾ ਨਾ ਦੇਖ ਜੇ ਬਿਜਲੀ ਵਾਲਾ ਟਾਵਰ ਦਾ ਪਿੱਛੇ ਫੋਨਾਂ ਦਾ ਟਾਵਰ ਨਾ ਦੇਖ ਜੇ ਜਾਂ ਕੋਈ ਪੱਕਾ ਘਰ ਨਾ ਦੇਖ ਜੇ ਤੁਸੀਂ ਬਿਲਕੁਲ ਕੱਚੇ ਵਿਖਾਈ ਜਾਂਦੇ ਚਲੋ ਹਾਲਾਂਕਿ ਆਪਣਾ ਤਾਂ ਮਿਕਸ ਅਪ ਹੈ ਮਤਲਬ 70s ਦਾ ਰੇਅਰਲੀ 70s ਲਾ ਲਓ ਤੇ 70s ਮਿਡ ਤੇ ਉਹ 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 ਜਿਹੜੀਆਂ ਚੀਜ਼ਾਂ ਵਾ ਉਹਨਾਂ ਦਾ ਉਹਨਾਂ ਦੀ ਡਿਊਟੀ ਆ ਸਾਰੀ ਵੇਖਣੀ ਵੀ ਕੋਸਟਿਊਮ ਵਾਲੇ ਦੀ ਡਿਊਟੀ ਆ ਵੀ ਜ਼ਿਆਦਾ ਬ੍ਰਾਈਟ ਕਲਰ ਤਾਂ ਨਹੀਂ ਹੋ ਗਿਆ ਜਾਂ ਜ਼ਿਆਦਾ ਡੱਲ ਕਲਰ ਤਾਂ ਨਹੀਂ ਹੋ ਗਿਆ ਬਿਕੋਜ਼ ਸਾਡੀ ਫਿਲਮ 'ਚ ਕਲਰਫੁੱਲ ਨੇ ਸਾਰੇ ਕੱਪੜੇ ਆਲਮੋਸਟ ਪਾਏ ਨੇ ਜਿਵੇਂ ਅੰਗਰੇਜ਼ ਦੇ ਵਿੱਚ ਥੋੜ੍ਹੇ ਜਿਹੇ ਮਤਲਬ ਡੱਲ ਕਲਰ ਸੀਗੇ ਫਿਲਮ ਦੇ ਅਤੇ ਜਿਹੜੇ ਕੋਸਟਿਊਮ ਸੀਗੇ ਕਿਉਂਕਿ ਉਹ ਆ ਗਈ ਸੀਗੀ 40s ਦੀ ਫਿਲਮ ਫਿਰ ਉਸ ਤੋਂ ਬਾਅਦ 'ਚ ਬੰਬੂ ਕਾਰਡ ਦੇ ਵਿੱਚ ਥੋੜ੍ਹੇ ਜਿਹੇ ਕਲਰ ਦੇ ਆਏ ਥੋੜ੍ਹੇ ਜਿਹੇ ਕਲਰ ਕਿਉਂਕਿ ਉਹ 60s ਦੀ ਸੀਗੀ ਇਹ 70s ਦੀ ਹੈ 70-80s ਦੀ ਸੋ ਕਲਰਫੁੱਲ ਕੁੜਤੇ ਪਜਾਮੇ ਜੀ ਭਾਜੀ ਬਹੁਤ ਸਾਰੇ ਰਿਵਾਜ਼ ਕਿਉਂਕਿ ਆਪਾਂ ਤਾਂ ਇਹਨਾਂ ਪਰਿਵਾਰਾਂ 'ਚ ਜੰਮੇ ਪਲੇ ਹਾਂ ਇਸ ਕਰਕੇ ਤਾਂ ਆਪਣਾ ਕਲਚਰ ਆਪਾਂ ਨੂੰ ਪਤਾ ਹੈ ਰਿਵਾਜ਼ਾਂ ਦਾ ਪਰ ਐਵੇਂ ਵੀਰੇ ਕਈ ਰਿਵਾਜ਼ ਐਸੇ ਵੀ ਹੁੰਦੇ ਆ ਜਿਵੇਂ ਕਹਿੰਦੇ ਕਿ 12 ਕੋਹ 'ਤੇ ਜਾ ਕੇ ਬੋਲੀ ਬਦਲ ਜਾਂਦੀ ਹੈ ਤਾਂ ਕੁਛ ਰਿਵਾਜ਼ ਵੀ ਹੁੰਦੇ ਜਿਹੜੇ ਬਦਲਦੇ ਆ ਜਾਂ ਮਤਲਬ ਉੱਧਰ ਕੁਛ ਹੋਰ ਹੁੰਦੇ ਆ ਕੋਈ ਤਾਜ਼ਾ ਲੇਟੈਸਟ ਰਿਵਾਜ਼ ਤੁਹਾਨੂੰ ਪਤਾ ਲੱਗਿਆ ਅੱਛਾ ਯਾਰ ਇਹ ਵੀ ਰਿਵਾਜ਼ ਹੁੰਦਾ ਐਵੇਂ ਨੂੰ ਪਤਾ ਲੱਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਰਿਵਾਜ਼ ਵੀ ਹੁੰਦਾ ਐਸਾ ਵੀ ਰਿਹਾ ਰੀਤ ਅਤੇ ਰਿਵਾਜ਼ ਦੋ ਚੀਜ਼ਾਂ ਅੱਡ ਵੱਡ ਹੁੰਦੀਆਂ ਨੇ ਰੀਤਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਬਜ਼ੁਰਗਾਂ ਨੂੰ ਪਈਆਂ ਹੋਈਆਂ ਨੇ ਵੀ ਚੀਜ਼ਾਂ ਵੀ ਉਹ ਤੁਸੀਂ ਸ਼ੁਰੂ ਤੋਂ ਫੋਲੋ ਕਰਨੀਆਂ ਠੀਕ ਹੈ ਜਿਵੇਂ ਸਾਡੀ ਰੀਤ ਹੈ ਮੈਂ ਸਿਰ 'ਤੇ ਟੋਪੀ ਨਹੀਂ ਪਾਉਂਦਾ ਜੀ ਹਾਂ ਕੈਪ ਅੱਛਾ ਸਾਡੇ ਨਹੀਂ ਪਾਉਣ ਦਿੰਦੇ ਬਜ਼ੁਰਗ ਠੀਕ ਹੈ ਅਤੇ ਜੇ ਮਤਲਬ ਉਹ ਜਿਹੜੀ ਦੂਜੀ ਵੀ ਗਰਮ ਟੋਪੀ ਵੀ ਹੁੰਦੀ ਆ ਉਹ ਜਿਹੜੀ ਪੱਗ ਬਣ ਜਾਂਦੀ ਨਾ ਤਾਂ ਨੂੰ ਕਰਕੇ ਜਿਹੜੀ ਬੰਦ ਟੋਪੀ ਹੁੰਦੀ ਆ ਉਹ ਤਾਂ ਨੂੰ ਕਰਕੇ ਪਾਉਂਦੇ ਹਾਂ ਵੀ ਪੱਗ ਲੱਗਦੀ ਆ ਅਸੀਂ ਉਹ ਪਾਉਂਦੇ ਹਾਂ ਜੀ ਅੱਛਾ ਅਤੇ ਦੂਜੀ ਜਿਹੜੀ ਫਰੰਟ ਵਾਲੀ ਕੈਪ ਹੈ ਉਹ ਅਸੀਂ ਪਾਉਂਦੇ ਨਹੀਂ ਸਾਡੇ ਬਜ਼ੁਰਗ ਪਾਉਣ ਨਹੀਂ ਦਿੰਦੇ ਗੇ ਸ਼ੁਰੂ ਤੋਂ ਠੀਕ ਹੈ ਅਤੇ ਉਹ ਫੋਲੋ ਕਰਦੇ ਹਾਂ ਅਤੇ ਉਹ ਮਤਲਬ ਇੰਨਾ ਕੁ ਮਾਈਟ ਵੀ ਉਹ ਸੱਚ ਹੈ ਕਿ ਗਲਤ ਸਾਨੂੰ ਘਰਦਿਆਂ ਨੇ ਡਰਾਇਆ ਵੈ ਵੀ ਇਹ ਮਾੜੀ ਗੱਲ ਆਪਣੇ ਲਈ ਸੋ ਸਾਨੂੰ ਵੀ ਚੰਗਾ ਲੱਗਦਾ ਵੀ ਪੱਗ ਬੰਨਦੇ ਚੰਗੀ ਚੀਜ਼ ਹੀ ਆ ਪੱਗ ਬੰਨਦੇ ਟੋਪੀ ਮੈਂ ਤਾਂ ਪੱਗ ਰੱਖਦਾ ਵੀ ਨਹੀਂ ਜੀ ਮੈਂ ਤਾਂ ਦੁਬਾਰੇ ਬੰਨਦਾ ਖੁੱਲ੍ਹ ਕੇ ਅਤੇ ਕਾਫੀ ਸੱਜਣ ਮਿੱਤਰ ਸਾਡੇ ਰੱਖ ਲੈਂਦੇ ਆ ਕਈਆਂ ਕੋਲ ਸਮਾਂ ਥੋੜ੍ਹਾ ਘੱਟ ਹੁੰਦਾ ਵੀ ਜਾਂ ਦੌੜ ਭੱਜ 'ਚ ਅਤੇ ਨਾ ਮੇਰੇ ਤੋਂ ਰੱਖ ਹੁੰਦੀ ਹੈ ਅਤੇ ਨਾ ਹੀ ਮੈਂ ਰੱਖਦਾ ਜੀ ਸੋ ਮੈਨੂੰ ਇਹ ਸਾਡੀ ਰੀਤ ਹੈ ਜਿਹਨੂੰ ਰੀਤ ਕਹਿੰਦੇ ਆ ਸਾਡੇ ਬਜ਼ੁਰਗਾਂ ਦੀ ਅਤੇ ਰੀਤ ਕਹਿ ਦਿੰਦੇ ਨੇ ਰਿਵਾਜ਼ ਤਾਂ ਭਾਜੀ ਨਿੱਤ ਨਵੇਂ ਆ ਜਿੰਨੇ ਮਰਜ਼ੀ ਬਣਾ ਲਓ ਜਿਹੜੀ ਚੀਜ਼ ਆਪਾਂ ਨੂੰ ਨਹੀਂ ਪਤਾ ਉਹ ਤੁਹਾਨੂੰ ਲੱਗਦੀ ਹੈ ਵੀ ਹੁੰਦੀ ਹੋਊਗੀ ਯਾਰ ਹਾਂ ਜਿਹੜੀ ਚੀਜ਼ ਤੁਹਾਡੇ ਸਾਹਮਣੇ ਕੋਈ ਨਵੀਂ ਕਰਦੇ ਇੱਥੇ ਮੈਂ ਲੱਤਾਂ ਨੂੰ ਕਰਕੇ ਮੂੰਹ ਥੱਲੇ ਨੂੰ ਕਰਕੇ ਲੱਗਾ ਨਵਾਂ ਰਿਵਾਜ਼ ਐਂ ਬੋਲੀਦਾ ਫਿਲਮ ਸੁਪਰ ਹਿੱਟ ਹੋਊਗੀ ਅੱਜ ਬੋਲੀ ਦਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਉਹ ਨਵਾਂ ਰਿਵਾਜ਼ ਬਣ ਜੂਗਾ ਉਹ ਨਵਾਂ ਰਿਵਾਜ਼ ਬਣ ਸ਼ਰਟ ਪੁੱਠੀ ਕਰਕੇ ਪਾ ਲਓ ਰਿਵਾਜ਼ ਆ ਉਹ ਤਾਂ ਭਾਜੀ ਕੀ ਆ ਉਹ ਤਾਂ ਕੋਲੇ ਹੀ ਆਪਣੇ ਰਿਵਾਜ਼ ਤਾਂ ਬਣਦੇ ਰਹਿੰਦੇ ਆ ਅਤੇ ਬਟ ਜਿਹੜੇ ਹਾਂ ਪੁਰਾਣੇ ਮਤਲਬ ਜਿਹੜੇ ਰੀਤੀ ਰਿਵਾਜ਼ ਸ਼ਗਨ ਨੇ ਜਿਹੜੇ ਉਹ ਜਿਹੜੇ ਚੱਲਦੇ ਆ ਉਹ ਤਾਂ ਭਾਜੀ ਸਾਰੇ ਕਾਮਨ ਨੇ ਐਵਰੀਵਨ ਨੂਸ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਆਲਮੋਸਟ ਜਿਹੜੇ ਪਿੰਡਾਂ ਜਾਂ ਮੈਂ ਪੜਿਆ ਸਹੀ ਗੱਲ ਸੀ ਅੱਛਾ ਇਹਨਾਂ ਦਿਨਾਂ 'ਚ ਓਬਵੀਅਸ ਹੈ ਕਿ ਵੀ ਜਿਵੇਂ ਮੁਕਲਾਵਾ ਦਾ ਬੋਲਬਾਲਾ ਹੈ ਫਿਲਮ ਆਉਣੀ ਹੈਗੀ ਹੈ ਇਹਨਾਂ ਦਿਨਾਂ 'ਚ ਤੁਹਾਡਾ ਇੱਕ ਹੋਰ ਕਰਕੇ ਵੀ ਬੋਲਬਾਲਾ ਹੈ ਕਿਉਂਕਿ ਤੁਸੀਂ 83 ਦੀ ਸ਼ੂਟਿੰਗ ਕਰ ਰਹੇ ਹੋ ਪਤਾ ਲੱਗ ਰਿਹਾ ਸਾਰਿਆਂ ਨੂੰ ਕਿ ਵੀ ਅੱਛਾ ਸ਼ੂਟਿੰਗ ਚੱਲਦੀ ਵੀ ਅੱਛਾ ਇਹਦੇ 'ਚ ਹਾਰਡੀ ਭਾਅ ਜੀ ਵੀ ਹੈ ਮੈਂ ਨਾ ਤੁਹਾਡੀ ਇੱਕ ਵੀਡੀਓ ਦੇਖੀ ਜੀ ਪਤਾ ਨਹੀਂ ਰਣਵੀਰ ਭਾਅ ਜੀ ਲਾਈਵ ਹੋਏ ਸੀਗੇ ਜਾਂ ਪੰਕਜ ਤ੍ਰਿਪਾਠੀ ਪਤਾ ਨਹੀਂ ਕੀ ਮੈਂ ਕਿੱਥੋਂ ਵੀਡੀਓ ਦੇਖੀ ਉਹ ਉਹਦੇ 'ਚ ਕੀ ਸੀਗਾ ਤੁਸੀਂ ਤੇ ਹਾਰਡੀ ਭਾਅ ਜੀ ਗਾ ਰਹੇ ਹੋ ਉਹ 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 ਮਾਹੌਲ ਅਕਸਰ ਉੱਥੇ ਉਹ ਤੁਹਾਡੇ ਤੋਂ ਮਤਲਬ ਰੋਜ਼ ਗਾਉਂਦੇ ਸੀ ਭਾਅ ਜੀ ਅਸੀਂ ਅੱਛਾ ਰੋਜ਼ ਗਾਉਂਦੇ ਸੀ ਮਤਲਬ ਸਾਡਾ ਟ੍ਰੇਨਿੰਗ ਸੈਸ਼ਨ ਸੀ ਧਰਮਸ਼ਾਲਾ 10 ਦਿਨ ਦਾ ਟ੍ਰੇਨਿੰਗ ਸੈਸ਼ਨ ਸੀਗਾ ਮਤਲਬ ਅੱਗੇ ਹੁਣ ਜੂਨ ਦੇ ਵਿੱਚ 6-7 ਜੂਨ ਤੋਂ ਫਿਲਮ ਦਾ ਸ਼ੂਟ ਸ਼ੁਰੂ ਹੋਣਾ ਹੈ ਇੰਗਲੈਂਡ ਦੇ ਵਿੱਚ ਅਤੇ ਰੋਜ਼ ਚੱਲਦਾ ਸੀ ਗਾਉਣੇ ਵਾਲਾ ਕੰਮ ਇੱਕ ਸਾਡਾ ਸਾਹਿਲ ਖੱਟਰ ਹੈ ਮੁੰਡਾ ਉਹ ਮਤਲਬ ਯੂਟਿਊਬਰ ਹੈ ਬਹੁਤ ਜ਼ਿਆਦਾ ਵਧੀਆ ਸਾਡਾ ਭਰਾ ਉਹ ਟੈਲੈਂਟਡ ਹੈ ਬਹੁਤ ਜ਼ਿਆਦਾ ਅਤੇ ਉਹ ਵੀ ਬਹੁਤ ਸੋਹਣਾ ਗਾਉਂਦਾ ਅਤੇ ਮਤਲਬ ਗਾਉਂਦਾ ਹਰ ਬੰਦਾ ਉਹਨਾਂ 'ਚੋਂ ਹਰ ਬੰਦਾ ਗਾਉਂਦਾ ਸ਼ੇਰ ਸੁਣਨੇ ਨੇ ਅਸੀਂ ਤ੍ਰਿਪਾਠੀ ਸਾਹਿਬ ਨੂੰ ਕਹਿੰਦੇ ਸ਼ੇਰ ਸੁਣਾ ਦਿਉ ਅਤੇ ਜਿੰਨੇ ਕਰੰਟ ਨਾਲ ਭਾਜੀ ਰੈਪ ਕਰਦੇ ਆ ਆਪਣਾ ਰਣਵੀਰ ਭਾਜੀ ਸੁਪਰ ਅਤੇ ਹਾਰਡੀ ਭਾਜੀ ਦਾ ਤੁਹਾਨੂੰ ਪਤਾ ਹੀ ਆ ਪਰ ਫੁੱਲ ਮੈਂ ਫੈਲਾ ਦੇ ਸੀ ਰੋਜ਼ ਹੀ ਰੋਜ਼ ਚੱਲਦਾ ਸੀ ਕੰਮ ਇਹ ਮਤਲਬ ਫਿਰ ਜਦੋਂ ਪਤਾ ਲੱਗ ਗਿਆ ਉਹਨਾਂ ਨੂੰ ਕਿ ਵੀ ਲੈ ਵੀ ਇਹਨਾਂ ਦਾ ਖਾੜਾ ਵਧੀਆ ਲਾਈਵ ਹੋ ਜਾਂਦਾ ਸੀਗਾ ਤਾਂ ਫਿਰ ਤੁਹਾਨੂੰ ਰੋਕਦੇ ਸੀ ਆ ਕੇ ਬਈ ਚੱਲ ਕੇ ਸੌਂ ਜਾਓ ਕੱਲ੍ਹ ਵੀ ਆਉਣਾ ਸ਼ੂਟਿੰਗ 'ਤੇ ਨਹੀਂ ਚੱਲੀ ਜਾਂਦਾ ਕਬੀਰ ਸਰ ਵੀ ਫਿਰ 5 ਵੱਜ ਜਾਂਦੇ ਸੀ ਸਵੇਰ ਦੇ ਫਿਰ ਅਗਲੇ ਦਿਨ ਸਵੇਰੇ 6-6:30 ਵਜੇ ਫਿਰ ਬੱਸ 'ਚ ਬਹਿਣਾ ਹੁੰਦਾ ਸੀ ਅੱਛਾ ਮਤਲਬ
ਪੜਨਾ ਆਪਾਂ 3-4 ਮਿੰਟਾਂ 'ਚ ਬੰਨ ਲੈਂਦੇ ਸੀ, 3 ਪਰ ਗਣਾਉਣਾ ਉੱਥੇ 15-20 ਮਿੰਟ ਜਿਹੇ ਉਹਨਾਂ ਨੇ, ਮਤਲਬ ਮੈਂ ਵਾਲ ਵੂਲ ਸੈੱਟ ਕਰਨੇ ਉਹਨਾਂ ਦੇ, ਮੈਂ 3 ਢਾ ਕੇ ਬੰਨ ਲੈਣਾ ਪੜਨਾ। ਸਹੀ ਗੱਲ ਤੇ ਜਿਵੇਂ ਹੁਣ ਥੋੜ੍ਹਾ ਉਹ ਐਕਸਪੀਰੀਅੰਸ ਹੈ ਉੱਥੇ, ਤੁਹਾਨੂੰ ਇਹ ਵੀ ਲੱਗਦਾ ਕਿ ਜਿਵੇਂ ਮੈਨੂੰ ਇਹ ਲੱਗਦਾ ਹੁੰਦਾ ਜਿਵੇਂ ਕੋਈ ਰਣਵੀਰ ਭਾਜੀ ਹੈ, ਉਹਨਾਂ ਨੇ ਇੰਨੀਆਂ ਫਿਲਮਾਂ ਕਰ ਲਈਆਂ ਤੇ ਹੁਣ ਉਹਨਾਂ ਦੀ ਪਛਾਣ ਹੈ ਪੂਰੇ ਪੂਰੇ ਜਿੱਥੇ ਵੀ ਦੁਨੀਆ 'ਚ ਆਪਣੇ, ਹੈ ਨਾ, ਇੰਡੀਅਨ ਰਹਿੰਦੇ ਸਾਰਿਆਂ 'ਚ ਪਛਾਣ ਹੈ ਉਹਨਾਂ ਦੀ। ਕੀ ਉਹਨਾਂ 'ਚ ਉਹ ਵਾਲਾ ਸਟੇਟਸ, ਮੈਂ ਤਾਂ ਸੈਲੀਬ੍ਰਿਟੀ ਹੂੰ ਪਹਿਲੇ ਸਵਾਲ ਹੈ ਨਾ ਫਿਰ ਆਊਂਗਾ? ਨਹੀਂ 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 ਬਿਲਕੁਲ ਵੀ ਨਹੀਂ ਭਾਜੀ, ਤਾਂ ਮੈਂ ਤੁਹਾਨੂੰ ਦੱਸਦਾ, ਅਸੀਂ ਨਾ ਭਾਜੀ ਨੇ ਇੱਕ ਦਿਨ ਪਹਿਲਾਂ ਜਾਣਾ ਸੀਗਾ ਧਰਮਸ਼ਾਲਾ, ਪਹਿਲਾਂ ਚਲੇ ਗਏ ਸੀ ਅਤੇ ਉਹ ਬਾਏ ਪਲੇਨ ਚਲੇ ਗਏ ਸੀ, ਉਹਨਾਂ ਨੂੰ ਕੋਈ ਕੰਮ ਸੀ, ਪਹਿਲਾਂ ਉਹਨਾਂ ਦੀ ਕਾਨਫਰੰਸ ਟਾਈਪ ਸੀਗੀ ਜਾਂ ਮੀਟਿੰਗਾਂ ਸੀਗੀਆਂ ਉੱਥੇ ਧਰਮਸ਼ਾਲਾ, ਅਤੇ ਅਸੀਂ ਨੈਕਸਟ ਡੇ ਗਏ, ਸਾਰੀ ਮਤਲਬ ਟੀਮ ਨੈਕਸਟ ਡੇ ਆਈ ਸੀਗੀ ਅਤੇ ਕਬੀਰ ਸਰ ਵੀ ਨੈਕਸਟ ਡੇ ਆਏ ਸੀ ਸਾਰੇ, ਅਤੇ ਬੇਸਿਕਲੀ ਜਿਹੜਾ ਸਾਡਾ ਕੈਂਪ ਸੀਗਾ ਬੋਂਡਿੰਗ ਵਾਸਤੇ ਸੀਗਾ, ਸਾਰਿਆਂ ਦੇ ਆਪਸ 'ਚ ਇੱਕ ਦੂਜੇ ਨੂੰ ਮਿਲ ਮੁਲ ਲੈਣ, ਅਤੇ ਮਤਲਬ ਕ੍ਰਿਕਟ ਦਾ ਕੈਂਪ ਸੀ, ਅਤੇ ਅਸੀਂ ਇੱਥੋਂ ਮੈਂ ਉਦੋਂ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਬੰਬੇ ਤੋਂ, ਇੱਥੇ ਬੰਬੇ ਵੀ ਸੀਗੇ ਪਹਿਲਾਂ 10 ਦਿਨ, ਅਤੇ ਫਿਰ ਅਸੀਂ ਧਰਮਸ਼ਾਲਾ ਜਾਣਾ ਸੀ, ਇਸ ਤੋਂ ਅਸੀਂ ਵਾਇਆ ਬੱਸ ਗਏ। ਅੱਛਾ, ਅਤੇ ਅਸੀਂ ਰਾਤ ਨੂੰ ਮਤਲਬ 1-1.5 ਵਜੇ ਪਹੁੰਚੇ ਹੋਵਾਂਗੇ, 12-1 ਵਜੇ, ਅਤੇ ਰਣਵੀਰ ਭਾਈ ਜਾਗਦਾ ਪਿਆ ਸੀ ਉਦੋਂ, ਅਤੇ ਬੱਸ ਦੇ ਬਾਹਰ ਖੜ੍ਹਾ, ਜਦੋਂ ਅਸੀਂ ਸਾਰਿਆਂ ਨੇ ਉਤਰਨਾ ਸੀ ਬੱਸ ਦੇ ਬਾਹਰ ਖੜ੍ਹਾ, ਇਕੱਲੇ ਇਕੱਲੇ ਨੂੰ ਮਿਲਿਆ, ਉਹ ਹੱਥ ਮਿਲਾ ਕੇ ਮਿਲਿਆ, ਜੱਫੀ ਪਾ ਕੇ ਮਿਲਿਆ, ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ, ਸਭ ਨੂੰ ਉਹ ਗੱਲ ਲੱਗ ਕੇ ਮਿਲਿਆ, ਸਭ ਨੂੰ, ਸਾਰੇ ਬੰਦਿਆਂ ਨੂੰ, ਅਤੇ ਮੈਨੂੰ ਇਨਫੈਕਟ ਜਿੰਨੀ ਵਾਰੀ ਵੀ ਮਿਲੇ ਰਣਵੀਰ ਭਾਈ, ਮੇਰਾ ਮੂੰਹ ਚੁੰਮ ਕੇ ਮਿਲਿਆ ਹਰ ਵਾਰੀ, ਅਤੇ ਪੂਰੀ ਐਨਰਜੀ ਨਾਲ, ਐਂ ਨਹੀਂ ਵੀ ਕੋਈ ਕਦੇ, ਹਰ ਵਾਰ ਜਿੰਨੀ ਵਾਰੀ ਵੀ ਮਿਲਣਾ ਪੂਰੀ ਐਨਰਜੀ ਨਾਲ ਮਿਲਣਾ, ਅਤੇ ਇਹ ਚੀਜ਼ ਦਾ ਪ੍ਰਭਾਵ ਤਾਂ ਪੈਂਦਾ ਯਾਰ, ਓਬਵੀਅਸਲੀ ਭਾਅ ਜੀ, ਆਪਣੇ ਆਪ ਨੂੰ ਲੱਗਦਾ ਯਾਰ ਆਪਾਂ ਕਿਹੜੀ ਆਕੜ ਕਰਦੇ ਹਾਂ ਯਾਰ, ਆਪਾਂ ਕਿਹੜੀ ਖੇਤ ਦੀ ਮੂਲੀ ਹਾਂ, ਅਤੇ ਉਹ ਬੰਦਾ ਹਰ ਬੰਦੇ ਨੂੰ, ਇਨਫੈਕਟ ਇਕੱਲੇ ਕਲਾਕਾਰਾਂ ਨੂੰ ਨਹੀਂ, ਜਿਹੜੇ ਵੀ ਬੰਦੇ ਨੂੰ ਮਿਲਦਾ ਸੀਗਾ ਫੈਨਸ ਨੂੰ, ਮਤਲਬ ਜਿੱਥੇ ਤੱਕ ਰੀਚ ਹੈ ਜਿਹੜੇ ਬੰਦੇ ਨੂੰ ਤੁਸੀਂ ਮਿਲ ਹੀ ਲਏ ਉਹਨੂੰ ਯਾਰ ਤੁਸੀਂ ਹੱਸ ਕੇ ਮਿਲੋ ਫਿਰ, ਹਾਂ ਜੇ ਤੁਸੀਂ ਨਹੀਂ ਮਿਲਦੇ ਤੁਹਾਡੇ ਕੋਲ ਨਹੀਂ ਸਮਾਂ, ਉਹ ਗੱਲ ਵੱਖਰੀ ਆ, ਜਿਹਨੂੰ ਤੁਸੀਂ ਮਿਲ ਹੀ ਲਏ ਫਿਰ ਉਹਨੂੰ ਹੱਸ ਕੇ ਮਿਲੋ ਨਾ ਯਾਰ, ਗੱਲ ਇਹ ਗੱਲ ਵੀ ਸਹੀ, ਇਹ ਕੁਛ ਸਿੱਖਿਆ ਉੱਥੋਂ। ਹਾਂ ਅਤੇ ਜਿਵੇਂ ਹੁਣ ਆਪਾਂ ਮੁਕਲਾਵਾ ਫਿਲਮ ਦੀ ਵੀ ਗੱਲ ਕਰਦੇ ਹਾਂ, ਹੁਣ ਨਾ ਅਗਲੇ 2 ਮਿੰਟਾਂ ਦੇ ਲਈ ਤੁਸੀਂ ਐਮੀ ਵਿਰਕ ਨਹੀਂ ਹੋ, ਜੀ ਜੀ ਜੀ, ਅਗਲੇ 2 ਮਿੰਟਾਂ ਦੇ ਲਈ ਤੁਸੀਂ ਬੀ ਐਨ ਸ਼ਰਮਾ ਹੋ, ਬੀ ਐਨ ਸ਼ਰਮਾ, ਠੀਕ ਹੈ। ਹੁਣ ਮੈਂ ਬੀ ਐਨ ਸ਼ਰਮਾ ਨੂੰ ਸਵਾਲ ਪੁੱਛ ਰਿਹਾ ਅਤੇ ਜਵਾਬ ਬੀ ਐਨ ਸ਼ਰਮਾ ਦੇ ਵੱਲੋਂ ਆਏ, ਅਤੇ ਉਹੀ ਉਹੀ ਰੰਗ ਢੰਗ 'ਚ ਦੇਖੀ ਜਾਊਗੀ, ਭਾਵੇਂ ਸੋਈ ਸਾਹਿਬ ਬਣਾ ਲਓ, ਮੈਂ ਦੇਖੀ ਜਾਊਗੀ, ਕੋਈ ਚੱਕਰ ਨਹੀਂ, ਗਲਤੀ ਹੋ ਜਾਊਗਾ। ਅੱਛਾ ਸ਼ਰਮਾ ਸਾਹਿਬ, ਐਮੀ ਵਿਰਕ ਦੀਆਂ ਕਿਹੜੀਆਂ ਗੱਲਾਂ ਤੋਂ ਤੁਸੀਂ ਬੜੇ ਦੁਖੀ ਹੋ ਫਿਲਮ 'ਚ? ਛੋਟੇ ਭਾਈ, ਸਾਡਾ ਛੋਟਾ ਵੀਰ ਹੈ ਐਮੀ ਵਿਰਕ, ਬੜੀਆਂ ਸੋਹਣੀਆਂ ਫਿਲਮਾਂ, ਮੇਰਾ ਭਾਈ ਮੇਰੇ ਲਈ ਔਖਾ ਲੱਗਦਾ, ਮੈਂ ਧੋਣਾ ਨਹੀਂ ਸੌਣ ਲੱਗਿਆ, ਮੇਰੇ ਲਈ ਬਹੁਤ ਟਾਈਮ ਹੈ ਭਾਈ, ਮੈਂ ਭਾਈ ਜੈਨੂਅਲੀ ਮਿਮਿਕਰੀ ਦੇ ਵਿੱਚ ਬਹੁਤ ਫੇਲ ਹਾਂ। ਅੱਛਾ, ਮੈਂ ਬਹੁਤ ਔਖਾ, ਮੇਰੇ ਤੋਂ ਆਪਣੀ ਮੈਨੂੰ ਰੀਸ ਕਰਨ ਨੂੰ ਕਹਿ ਦਿਓ ਤੁਸੀਂ, ਮੇਰੇ ਤੋਂ ਆਪਣੀ ਚੀਜ਼ ਦੁਬਾਰਾ ਨਹੀਂ ਬੋਲੀ ਜਾਂਦੀ, ਸੇਮ ਐਜ਼ ਇਟ ਇਜ਼, ਮੈਂ ਜਮ੍ਹਾਂ ਫੇਲ ਹਾਂ ਜੀ। ਅਤੇ ਰਹੀ ਗੱਲ ਸ਼ਰਮਾ ਸਾਹਿਬ ਦੀ, ਜਿੰਨੀ ਵਾਰ ਵੀ ਇੱਕ ਸ਼ਰਮਾ ਸਾਹਿਬ ਦੀ ਉਹ ਹੈ, ਪਤਾ ਨਹੀਂ ਉਹਨੂੰ ਤੁਸੀਂ ਸਿਫਤ ਲਾ ਲਓ, ਪਤਾ ਨਹੀਂ ਉਹਨੂੰ ਭੈੜ ਲਾ ਲਓ, ਭਾਜੀ ਉਹਨਾਂ ਦੀ ਪੈਰੀਆਂ ਹੱਥ ਨਹੀਂ ਲਵਾਉਂਦੇ। ਅੱਛਾ, ਮੈਨੂੰ ਐਂ ਹੁੰਦਾ ਵੀ ਵੱਡੇ ਨੇ ਯਾਰ, ਕਿੰਨਾ ਚਿਰ ਹੋ ਗਿਆ ਜੀ ਬਿੱਲੂ ਬੱਕਰਾ ਵੇਖਦਿਆਂ ਨੂੰ, ਮੈਂ ਤਾਂ ਜੰਮਾ ਵੀ ਨਹੀਂ, ਮੇਰੀ ਪਲੈਨਿੰਗ ਵੀ ਨਹੀਂ ਸੀ ਹੈਗੀ ਜਦੋਂ ਦਾ ਇਹ ਚੀਜ਼ਾਂ ਚੱਲਦੀਆਂ, ਅਤੇ ਪੈਰੀਆਂ ਥਲਾਉਂਗੇ ਤਾਂ ਅੱਗੋਂ ਪੈ ਜਾਣਗੇ ਥੱਲੇ ਨੂੰ, ਡੰਡੌਤ ਵਾਲਾ ਕੰਮ ਹੀ ਕਰ ਲੈਂਦੇ, ਜਮਾਂ ਹੀ ਨਹੀਂ ਕਦੇ ਪੈਰੀਆਂ ਥਲਵਾਏ ਇਹਨਾਂ ਨੇ, ਹੱਥ ਮਿਲਾ ਕੇ ਆਉਂਦੇ, ਗੱਲ ਲੱਗ ਕੇ ਮਿਲੋ, ਹੱਥ ਮਿਲਾ ਕੇ ਮਿਲੋ। ਸੋ ਮੈਨੂੰ ਸਿੱਖਿਆ ਤਾਂ ਖੈਰ ਬਹੁਤ ਕੁਛ ਹੈ ਇਹਨਾਂ ਤੋਂ, ਹਰ ਵੱਡੇ ਬੰਦੇ ਨੂੰ ਸਿੱਖਿਆ, ਅਤੇ ਮਤਲਬ ਜਿੰਨੇ ਵੀ ਕਰਮਜੀਤ ਭਾਜੀ ਹੋਣੀ ਨੇ, ਘੁੱਗੀ ਭਾਜੀ, ਬਿੰਨੂ ਭਾਜੀ ਹੋ ਗਏ, ਅਤੇ ਮਤਲਬ ਸੋਈ ਸਾਹਿਬ ਸੀਗੇ ਨਾਲ ਮੇਰੇ, ਅਤੇ ਮਤਲਬ ਜਿਵੇਂ ਰਿਸ਼ੀ ਮੈਮ ਹੋਣੀ ਨੇ ਸਾਰੇ, ਪੰਗੂ ਮੈਡਮ ਹੋਣੀ, ਬੜੇ ਬਾ ਕਮਾਲ ਅਤੇ ਦਿੱਗਜ ਆਰਟਿਸਟ ਨੇ ਸਾਰੇ ਪੰਜਾਬੀ ਫਿਲਮ ਇੰਡਸਟਰੀ ਦੇ। ਅਤੇ ਇੱਥੇ ਸ਼ਰਮਾ ਸਾਹਿਬ ਕਿਹੜੀ ਗੱਲ ਤੋਂ ਦੁਖੀ ਇਸ ਫਿਲਮ 'ਚ ਤੁਹਾਡੇ ਤੋਂ? ਬਾਕੀ ਉਹ ਆਲਮੋਸਟ ਮੇਰੇ ਹੱਕ 'ਚ ਰਹੇ ਨੇ ਸਾਰੀ ਫਿਲਮ। ਅੱਛਾ, ਇੱਕ ਮੋਮੈਂਟ ਆ, ਆਲਮੋਸਟ ਸਾਰੀ ਫਿਲਮ ਮੇਰੇ ਹੱਕ 'ਚ ਰਹੇ ਨੇ, ਤੇ ਉਹ ਉਸ ਮੋਮੈਂਟ 'ਚ ਵੀ ਉਹਨਾਂ ਨੇ ਮੈਨੂੰ ਕੁਛ ਗਲਤ ਨਹੀਂ ਕਿਹਾ। ਅੱਛਾ, ਹਾਂ ਤੇ ਐਮੀ ਵੀਰੇ ਦੇਖੋ, ਹਰ ਰੋਜ਼ ਤੁਸੀਂ ਪਤਾ ਨਹੀਂ ਕਿੰਨੀਆਂ ਇੰਟਰਵਿਊਜ਼, ਕਿੰਨੇ ਲੋਕਾਂ ਨੂੰ ਮਿਲਦੇ ਹੋ ਜੀ, ਕੁਦਰਤੀ ਗੱਲ ਹੈ ਤੁਹਾਡੇ ਬਾਰੇ ਕਿਸੇ ਗੱਲ ਦਾ ਉੜਨਾ, ਇਹ ਕੁਦਰਤੀ ਗੱਲ ਹੁੰਦੀ ਹੈ ਕਿ ਵੀ ਯਾਰ, ਕਿਉਂਕਿ ਰੁਤਬਾ ਉਹ ਹੋ ਜਾਂਦਾ, ਸਟੇਟਸ ਉਹ ਹੋ ਜਾਂਦਾ। ਐਮੀ ਕੋਈ ਐਸਾ ਰਿਊਮਰ ਉੜਿਆ ਜਿਹੜਾ ਐਮੀ ਨੂੰ ਪਤਾ ਯਾਰ ਅਸਲੀਅਤ ਹੈ ਹੀ ਨਹੀਂ ਯਾਰ, ਪਤਾ ਨਹੀਂ ਕਿਹਨੇ ਰਿਊਮਰ ਉੜਾ ਤਾ ਮੇਰੇ ਬਾਰੇ। ਜੇਕਰ ਜਿਵੇਂ ਮੈਂ ਨਾ, ਮੈਨੂੰ ਮੋਸਟਲੀ ਨਾ ਲੋਕ ਕਾਫੀ ਜਣੇ, ਹੁਣ ਤਾਂ ਖੈਰ ਬਹੁਤ ਬਹੁਤ ਜ਼ਿਆਦਾ ਬਦਲ ਗਈ ਉਹ ਗੱਲ, ਲੋਕ ਕਹਿੰਦੇ ਵੀ ਐਟੀਟਿਊਡ ਐਮੀ 'ਚ, ਉਹ ਜਿਹੜੇ ਜਿਹੜੇ ਵੀ ਇੰਟਰਵਿਊਜ਼ ਨੇ, ਮਤਲਬ ਜਿੰਨੇ ਵੀ ਇੰਟਰਵਿਊਜ਼ ਨੇ, ਜਿਨ੍ਹਾਂ 'ਚ ਲੱਗਦਾ ਵੀ ਮੈਂ ਉਵੇਂ ਬੋਲਿਆ, ਜਾਂ ਮੈਨੂੰ ਵੀ ਲੱਗਦਾ ਵੀ ਮੈਂ ਯਾਰ ਮੈਂ ਇੱਥੇ ਹੱਸ ਕੇ ਨਹੀਂ ਬੋਲਿਆ, ਉਹ ਜਾਂ ਤਾਂ ਬੀਜੇ ਉਹਨਾਂ ਨਾਲ ਨੇ ਜਿਹੜੇ ਮੇਰੇ ਭਾਈ ਨੇ, ਉਹਨਾਂ ਨੂੰ ਤੂੰ ਤੁਹਾਡਾ ਤੂੰ ਇੱਥੇ ਕਰਦਾ, ਤੂੰ ਬੈਠ, ਤੂੰ ਕਰਦਾ ਇੱਥੇ ਬੈਠ, ਮਤਲਬ ਉਸ ਤਰੀਕੇ ਦੇ ਇੰਟਰਵਿਊ ਨੇ, ਉਹ ਤਾਂ ਯਾਰ ਦੋਸਤ ਨੂੰ ਇੰਟਰਵਿਊ ਥੋੜ੍ਹੀ ਨੇ, ਠੀਕ ਹੈ, ਹਾਂ ਲੋਕਾਂ ਵਾਸਤੇ ਇੰਟਰਵਿਊ, ਮੇਰੇ ਵਾਸਤੇ ਤਾਂ ਭਾਈ ਉਹ ਜਿਹੜਾ ਇੰਟਰਵਿਊ ਕਰੀ ਜਾਂਦਾ ਅਤੇ ਪ੍ਰੋਫੈਸ਼ਨਲੀ ਜਾਂ ਕੁਛ ਉਹ ਚੀਜ਼ਾਂ, ਅਤੇ ਹੁਣ ਤਾਂ ਖੈਰ ਉਹ ਬਹੁਤ ਚੀਜ਼ਾਂ, ਮਤਲਬ ਬਹੁਤ ਜ਼ਿਆਦਾ ਪਿਆਰ ਸਤਿਕਾਰ ਅਣਗਿਣਤੀ, ਮਤਲਬ ਪਿਛਲੇ 20-25 ਦਿਨ ਦਾ ਪਤਾ ਨਹੀਂ, ਅਤੇ ਮਤਲਬ ਬਹੁਤ ਹੀ ਜ਼ਿਆਦਾ ਦੁਆਵਾਂ, ਬਹੁਤ ਹੀ ਜ਼ਿਆਦਾ, ਮਤਲਬ ਹਰ ਚੀਜ਼ ਜਿਹੜੀ ਵੀ ਚੀਜ਼ ਕਰ
ਆ ਪਿਛਲੇ ਕੁਛ ਕੁ ਦਿਨਾਂ ਤੋਂ ਜ਼ਿਆਦਾ ਆ ਅਤੇ ਵੈਸੇ ਤਾਂ ਇੱਥੋਂ ਤੱਕ ਲੈ ਕੇ ਆਏ ਨੇ ਅਤੇ ਉਹ ਲੈ ਕੇ ਆਏ ਆ ਮਤਲਬ ਮੈਂ ਲੱਗਦਾ ਵੀ ਉਹ ਜਿਹੜੀ ਉਹ ਜਿਹੜੀਆਂ ਵਾਈਬਸ ਨੇ ਉਹ ਕਾਫੀ ਪਰਸੈਂਟੇਜ ਦੇ ਵਿੱਚ ਪੋਜ਼ਿਟਿਵ ਹੋ ਗਈਆਂ ਮੇਰੇ ਪੁਆਇੰਟ ਆਫ ਵਿਊ ਤੋਂ ਜਾਂ ਮੇਰੇ ਚਾਹੁਣ ਵਾਲਿਆਂ ਦੇ ਪੁਆਇੰਟ ਆਫ ਵਿਊ ਤੋਂ ਐਡਾ ਨੂੰ ਕੀ ਬਾਕੀ ਮਹਾਰਾਜ ਦੇਣਾ ਜੋ ਰੱਬ ਨੇ ਕਰਾਉਣਾ ਵਾ ਅਤੇ ਆਪਣੇ ਹੱਥੀਂ ਜੋ ਵੀ ਕਰਿਆ ਕੰਮ ਜਾਂ ਜੋ ਵੀ ਅੱਗੇ ਸੋਚਿਆ ਅਤੇ ਉਹ ਮਹਾਰਾਜ ਸਮੱਤ ਬਖਸ਼ੇ ਚੰਗੇ ਤਰੀਕੇ ਨਾਲ ਹੀ ਕਰਾਂਗੇ ਸੋ ਮਤਲਬ ਇੱਦਾਂ ਦੇ ਰਿਊਮਰਸ ਤਾਂ ਰਿਊਮਰਸ ਬਾਕੀ ਨਹੀਂ ਹੈ ਕੋਈ ਖੈਰ ਕਿਸੇ ਦਾ ਜ਼ਿਆਦਾ ਅੱਛਾ ਅਤੇ ਹੁਣ ਆਪਾਂ ਮੁਕਲਾਵੇ ਦੇ ਲਈ ਨਾ ਮੈਂ ਚਾਰ ਵਰਡ ਹੈ ਟੰਗ ਟਵਿਸਟਰ ਹੈ ਉਹ ਓਕੇ ਉਹਦੇ 'ਚ ਕੀ ਹੈ ਕਿ ਜਿੱਦਾਂ ਜਾਣਾ ਹੈ ਉਦਾਂ ਹੀ ਵਾਪਸ ਆਉਣਾ ਫਿਰ ਆਪਾਂ ਇੱਕ ਮੰਨਾਂਗੇ ਉਹਨੂੰ ਮਤਲਬ ਬੋਲਣਾ ਹੈਗਾ 1 2 3 4 4 3 2 1 ਯੈਸ ਇਦਾਂ ਹੋਣਾ ਪਰਫੈਕਟ ਪਰਫੈਕਟ ਤੁਸੀਂ ਸਮਝ ਲਓਗੇ ਇੱਕ ਵਾਰੀ ਮੈਂ ਬੋਲੂੰਗਾ ਤਿੰਨ ਵਾਰੀ ਤੁਸੀਂ ਬੋਲਣਾ ਤੁਸੀਂ ਬੋਲਣਾ ਤਿੰਨ ਵਾਰੀ ਓਕੇ ਤੇ ਮੈਂ ਇੱਕ ਵਾਰੀ ਨਹੀਂ ਮਤਲਬ ਕਈ ਵਾਰੀ ਤਾਂ ਬੋਲ ਰਿਹਾ ਤਾਂ ਕਿ ਤੁਹਾਡੇ ਮਾਈਂਡ 'ਚ ਐਨ ਬੈਠ ਜੇ ਉਹ ਓਕੇ ਓਕੇ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਮੁਬਾਰਕ ਘੜੀ ਮੁਕਲਾਵਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਇੱਕ ਮਿੰਟ ਸਰ ਬਈ ਹਾਂ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਹਾਂ ਮਹਿਰਮਾ ਘੜੀ ਮੁਕਲਾਵਾ ਮੁਬਾਰਕ ਮੁਬਾਰਕ ਮੁਕਲਾਵਾ ਅੱਛਾ ਮੁਬਾਰਕ ਮੁਕਲਾਵਾ ਤਾਂ ਸ਼ੁਰੂ ਹੈ ਨਾ ਹਾਂ ਮੁਕਲਾਵਾ ਮੁਬਾਰਕ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਬਹੁਤ ਸਹੀ ਹੁਣ ਏਦਾਂ ਏਦਾਂ ਬੋਲਣਾ ਜੀ ਜੀ ਇੱਕ ਵਾਰੀ ਪ੍ਰੈਕਟਿਸ ਕਰ ਲਓ ਜੀ ਹਾਂਜੀ ਆਪਣਾ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਮੁਬਾਰਕ ਮੁਕਲਾਵਾ ਘੜੀ ਮਹਿਰਮਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਮੁਕਲਾਵਾ ਘੜੀ ਜੀ ਹੁਣ ਰੈਡੀ ਹੋ ਨਾ ਜੀ 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 ਹੁਣ ਤਿਆਰ ਹੋਈ ਹੈ ਜੀ ਜੀ ਤਿਆਰੀ ਹੋ ਗਈ ਲਓ ਜੀ ਹੁਣ ਮੈਂ ਇੱਕ ਵਾਰੀ ਬੋਲੂੰਗਾ ਤਿੰਨ ਵਾਰੀ ਤੁਸੀਂ ਬੋਲਣਾ ਓਕੇ ਭਾਜੀ ਠੀਕ ਹੈ ਓਕੇ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਆ ਜਾਓ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਇੱਕ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਮੁਕਲਾਵਾ ਮੁਬਾਰਕ ਘੜੀ ਮਹਿਰਮਾ ਮਹਿਰਮਾ ਘੜੀ ਮੁਬਾਰਕ ਮੁਕਲਾਵਾ ਆਏ ਹਾਏ ਕੀ ਬਾਤ ਹੈ ਤੇਜ਼ ਹੈ ਵੀ ਤੇਜ਼ ਹੈ ਇਹਦਾ ਮਤਲਬ ਇੱਥੋਂ ਅੰਦਾਜ਼ਾ ਮੈਂ ਸਿਰਫ ਇੰਨਾ ਕੀ ਲਾ ਸਕਦਾ ਪੜ੍ਹਾਈ ਵੇਲੇ ਵੀ ਐਂ ਤਾਂ ਅੱਛੇ ਖਾਈ ਮਤਲਬ ਰੱਟਾ ਰੱਟਾ ਭਾਜੀ ਅੱਛਾ ਹੁਣ ਮੈਂ ਕੁਛ ਵੀ ਨਹੀਂ ਸੀ ਮੈਂ ਮਤਲਬ ਸੋਚ ਲਿਆ ਵੀ ਮੈਂ ਉਹ ਪਹਿਲਾਂ ਲਾ ਲਿਆ ਸੀਗਾ ਉਹਨਾਂ ਕੇ ਦਿਮਾਗ 'ਚ ਠੀਕ ਹੈ ਰੱਟਾ ਭਾਈ ਮਤਲਬ ਕਰ ਲੈਂਦਾ ਨਾ ਸਟਰੋਂਗ ਮੈਂ ਦਿਮਾਗ ਲਾ ਲੈਣਾ ਹੁਣ ਡਾਇਲੋਗ ਵੀ ਹੈ ਨਾ ਭਾਜੀ ਮੈਂ ਬੋਲਦਾ ਮੈਨੂੰ ਛੇਤੀ ਚੇਤੇ ਹੋ ਜਾਂਦਾ ਜਿਵੇਂ ਹੁਣ ਮਾੜਾ ਮੋਟਾ ਤੂੰ ਤੂੰ ਮੈਂ ਉੱਥੇ ਥੱਲੇ ਹੋ ਸਕਦੀ ਹੁੰਦੇ ਵਿੱਚ ਜਾਂ ਤੂੰ ਜਾਂ ਤੈਂ ਜਾਂ ਤੂੰ ਕਿਵੇਂ ਹੈ ਕਿੱਥੇ ਗਿਆ ਸੀ ਇਹ ਉਹ ਕੀ ਕਰੀ ਜਾਂਦਾ ਯਾਰ ਕੀ ਕਰਦਾ ਪਿਆ ਯਾਰ ਕੀ ਕਰਦਾ ਉਹ ਮਤਲਬ ਥੋੜ੍ਹਾ ਬਹੁਤਾ ਚੇਂਜ ਹੋ ਜਾਂਦਾ ਹੁੰਦਾ ਪਰ ਡਾਇਲੋਗ ਮੈਂ ਛੇਤੀ ਸਿੱਖ ਲੈਣਾ ਮਤਲਬ ਮੈਂ ਇੱਕ ਹੋਰ ਵੀ ਜਾ ਲੈ ਲੈਣਾ ਹੁੰਦਾ ਭਾਜੀ ਚੀਜ਼ ਦਾ ਹਾਂ ਇਹ ਗੁੱਡ ਹੈ ਅੱਛਾ ਹੁਣ ਇੱਕ ਇਗਜ਼ਾਮ ਤੁਸੀਂ ਦਿੱਤਾ ਸੀਗਾ ਸਕੂਲ ਕਾਲਜ 'ਚ ਇੱਕ ਇਗਜ਼ਾਮ ਤੁਹਾਡਾ ਅੱਜ ਹੋਣਾ ਜੀ ਭਾਜੀ ਜਿਹੜਾ ਤੁਹਾਡਾ ਅੱਜ ਹੋਣਾ ਇਹ ਥੋੜ੍ਹੀ ਪ੍ਰੋਫੈਸ਼ਨਲ ਲਾਈਫ 'ਚ ਹੋਣਾ ਓਕੇ ਇਹਦੇ 'ਚ ਮੈਂ ਤੁਹਾਨੂੰ 5 ਫੋਟੋਆਂ ਦਿਖਾਊਂਗਾ ਜੀ ਭਾਜੀ 5 'ਚੋਂ ਤੁਸੀਂ ਪਾਸ ਹੋਣੇ ਚਾਹੀਦੇ ਆ ਓਕੇ ਯਾਨੀ ਕਿ 3 ਤਾਂ ਤੁਹਾਡੇ ਆਉਣੇ ਚਾਹੀਦੇ ਠੀਕ ਹੈ 4 ਆ ਗਏ ਫਿਰ ਮੈਰਿਟ 'ਚੋਂ 5 ਆ ਗਏ ਤਾਂ ਫਿਰ ਟੌਪ ਹੀ ਹੋ ਡਨ ਭਾਜੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਫੋਟੋਆਂ ਦਿਖਾਈ ਜਾਊਂਗਾ ਤੁਸੀਂ ਦੱਸਣਾ ਇਹ ਕਿ ਵੀ ਕਿਹੜੇ ਗਾਣੇ ਦੀ ਹੈ ਓਕੇ ਤੁਸੀਂ ਇਹਨਾਂ ਗਾਣੇ ਦਾ ਨਾਮ ਬੋਲਣਾ ਜੀ ਭਾਜੀ ਠੀਕ ਹੈ ਓਕੇ ਤੁਹਾਡਾ ਪਹਿਲਾ ਪਰਚਾ ਖੇਤ ਭਾਜੀ ਕਿਹੜਾ ਗਾਣਾ ਦੇਖ ਲਓ ਨਾ 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 ਉਹ ਸੌਰੀ ਮੈਨੂੰ ਗੀਤ ਮੇਰੇ ਚੇਤੇ ਆ ਗਿਆ ਮੈਂ ਖੇਤ ਵੈਸੇ ਕਹਿ ਦਿੱਤਾ ਮੇਰੀ ਐਲਬਮ ਦਾ ਗਾਣਾ ਖੈਰ ਉਹਨਾਂ ਨੇ ਵੀਡੀਓ ਸ਼ੂਟ ਕੀਤਾ ਸੀਗਾ ਸਾਡਾ ਤਾਂ ਹੈ ਸਰ ਜਾਂਦਾ ਡੰਗਰਾਂ ਦਾ ਬੜਾ ਜ਼ਰੂਰੀ ਆ ਤਾਂਇਓ ਤਾਂ ਜੱਟਾਂ ਦੀਆਂ ਜੇਬਾਂ ਦੇ ਵਿੱਚ ਰਹਿੰਦੀ ਤੂੜੀ ਆ ਪਾਣੀ ਪੱਠੇ ਜਾਵਾਂ ਪਾ ਕੇ ਪਾਣੀ ਪੱਠੇ ਜਾਵਾਂ ਪਾ ਕੇ ਵਿੱਚ ਦਿਆਣ ਨਵਾ ਜਾਂਗੇ ਆਓ ਜ਼ਰ ਗੁਰਕਣ ਦੀ ਵੇਲ ਨੀ ਜੱਟ ਨੂੰ ਡੇਟ ਤੇ ਕਿੱਥੋਂ ਆ ਜਾਂਗੇ ਉਹ ਖੇਤ ਗਿਆ ਬੇਟਾ ਸਹੀ ਗੱਲ ਸਹੀ ਗੱਲ ਚਲੋ ਇੱਕ ਪਾਸ ਜੀ ਜੀ ਹੁਣ ਆਊਗਾ ਸੈਕਿੰਡ ਜੀ ਭਾਜੀ ਸਿਰਫ ਤੁਸੀਂ ਗਾਣੇ ਦਾ ਨਾਮ ਹੀ ਬੋਲਣਾ ਜੀ 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 ਯਾਰ ਮਿਲੇ ਅਮਲੀ ਸਹੇਲੀ ਮਿਲੀ ਕਮਲੀ ਜੱਟ ਨੇ ਤਾਂ ਤੂੰ ਵੈਰੀ ਗੁੱਡ ਕਾਦੇ ਘਾਟੇ ਆ ਦੋ ਹੋ ਗਏ ਕਿਨਾਰੇ ਦੇ ਹੋਂ ਪਾਸ ਹੋਣ ਦੇ ਹੋਣ ਦੇ ਹੋਣ ਦੇ ਭਾਜੀ ਯਾਰ ਜੁੰਡੀ ਦੇ ਬਣਾਏ ਰੌਂਦ ਵਰਗੇ ਯਾਰ ਜੁੰਡੀ ਦੇ ਕਹਿਰ ਕਹਿਰ ਹੁਣ ਤੁਸੀਂ ਮੈਰਿਡ 'ਚ ਆਉਣ ਵਾਲੇ ਹੋ ਆਉਣ ਦੇ ਭਾਜੀ ਅਸੀਂ ਜਿਨ੍ਹਾਂ ਨਾਲ ਬੈਠਦੇ ਹਾਂ ਬੱਲਿਆ ਉਹਨਾਂ ਨਾਲ ਖੜਦੇ ਵੀ ਹਾਂ ਬਹੁਤ ਸਹੀ ਹੁਣ ਤੁਸੀਂ ਟੌਪਰ ਹੋ ਜੀ ਇਹ ਵਾਲਾ ਕਲੀਅਰ ਕਰ ਲਿਆ ਇਹ ਥੋੜ੍ਹਾ ਜਿਹਾ ਔਖਾ ਹੋ ਸਕਦਾ ਪਰ ਮਾਈਟ ਵੀ ਆਉਣ ਦੇ ਭਾਜੀ ਕੋਈ ਨਹੀਂ ਲੱਗਦਾ ਲਾਂਬਾ ਘੱਟ ਲੈਣਾ ਹੈ ਮੇਰੀ ਵੈਲ ਬਣੇ ਵਾਲੀ ਵੈਰੀ ਗੁੱਡ ਬਾਈ ਜੀ ਵੈਰੀ ਗੁੱਡ ਇਹਦਾ ਮਤਲਬ ਆਬਜ਼ਰਵੇਸ਼ਨ ਵੀ ਤੁਹਾਡੀ ਯਾਦਾਸ਼ਤ ਵੀ ਤੇਜ਼ ਹੈ ਪੂਰੀ ਨਹੀਂ ਭਾਜੀ ਮੈਂ ਫੋਟੋਗ੍ਰਾਫੀ ਨਹੀਂ ਭੁੱਲਦਾ ਜੀ ਵੈਰੀ ਗੁੱਡ ਯਾਰ ਵੈਰੀ ਗੁੱਡ ਮੰਮੀ ਮੇਰੇ ਚੇਤਾ ਆ ਜਾਂਦਾ ਮੇਰੇ ਵੈਰੀ ਗੁੱਡ ਅੱਛਾ ਹੁਣ ਆਪਾਂ ਮੁਕਲਾਵੇ ਦੇ ਗਾਣਿਆਂ ਦੀ ਗੱਲ ਕਰਦੇ ਹਾਂ ਜੀ ਭਾਜੀ ਇਹਦੇ ਦੇਖੋ ਓਬਵੀਅਸਲੀ ਗੱਲ ਹੈ ਜਦੋਂ ਇੱਕ ਆਰਟਿਸਟ ਜਿਹੜਾ ਇਕੱਲਾ ਐਕਟਰ ਨਹੀਂ ਹੈ ਉਹ ਸਿੰਗਰ ਵੀ ਹੈ ਤੇ ਉਹਦੇ ਤੋਂ ਪੁੱਛ ਗਿੱਛ ਪਹਿਲਾਂ ਹੁੰਦੀ ਹੈ
ਤੁਹਾਡੇ ਤੋਂ ਮੁਕਲਾਵਾ ਫਿਲਮ ਦੇ ਗਾਣਿਆਂ ਨੂੰ ਸਿਲੈਕਟ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਪੁੱਛ ਗਈ ਚੋਈ ਸੀ? ਮੈਂ ਕਰਿਆ ਭਾਈ। ਅੱਛਾ ਤੁਸੀਂ ਕੀਤੀ ਸੀ ਸਾਰੀ? ਹਾਂਜੀ ਹਾਂਜੀ ਆਪੇ ਕਰੇ। ਵੈਰੀ ਗੁੱਡ। ਹਾਂਜੀ ਤਾਂ ਹੀ ਸਿਲੈਕਸ਼ਨ ਦੇ ਕੇ ਗਾਣਾ ਚੁਣ ਕੇ ਵੀ ਹੈਗਾ ਹੋਲਾ ਆਪਣੇ ਆਪ ਹੀ ਆਉਂਦੇ ਭਾਈ ਸਾਰੇ। ਮਤਲਬ ਜੇ ਕਿਸੇ ਕੋਲੇ ਆ ਗਿਆ ਤਾਂ ਉਹ ਸੁਣਾਊਗਾ ਤਾਂ ਡਨ ਤਾਂ ਆਪਾਂ ਹੀ ਕਰਨਾ ਜੀ, ਆਪਣੇ ਤੋਂ ਬਿਨਾਂ ਪੁੱਛੇ ਨਹੀਂ ਕਰਦਾ ਕੋਈ ਵੀ। ਤੇ ਕਿਉਂਕਿ ਮਤਲਬ ਮੈਂ ਉਸ ਲਿਪਸਿੰਗ ਕਰਨੀ ਹੈ ਭਾਜੀ, ਮੈਂ ਗਾਉਣੇ ਆ ਤਾਂ ਡੈਫੀਨਿਟਲੀ ਇੱਕ ਵਾਰੀ ਮੈਨੂੰ ਕੰਸਰਨ ਜਾਂ ਮੇਰਾ ਕੰਸਰਨ ਨਾਲ ਜਾਂਦਾ ਉਸ ਚੀਜ਼ ਦੇ। ਹਾਂ ਤੇ ਮੁਕਲਾਵਾ ਗਾਣਾ ਦੋ ਜਣੇ ਨੇ ਗਾਇਆ ਇਸ ਫਿਲਮ ਦੇ ਲਈ। ਓਕੇ ਮੁਕਲਾਵਾ ਟਾਈਟਲ ਭਾਜੀ? ਹਾਂ ਟਾਈਟਲ ਟਾਈਟਲ ਭਾਜੀ ਹਾਂ। ਮਤਲਬ ਕਿਉਂਕਿ ਫਿਲਮ ਦੇ ਵਿੱਚ ਵੈਸੇ ਤਾਂ 8 ਗੀਤ ਨੇ ਭਾਜੀ, ਠੀਕ ਹੈ, ਤੇ ਜਿਹੜੇ ਫਿਲਮਾਏ ਗਏ ਨੇ ਫਿਲਮ ਦੇ 3 ਜਾਂ 4 ਗੀਤ ਹੋਣਗੇ, ਬਾਕੀ ਫਿਲਮ ਦੇ ਆਲਮੋਸਟ ਪ੍ਰੋਮੋਸ਼ਨਲ ਗੀਤ ਨੇ ਜੀ। ਤੇ ਫਿਰ ਇਹਦੀ ਸਿਲੈਕਸ਼ਨ, ਕਿਉਂਕਿ ਦੋਨੋਂ ਗਾਣੇ ਬਹੁਤ ਸੋਹਣੇ ਹੈ ਜੀ, ਤੇ ਫਿਰ ਇਹਦੀ ਸਿਲੈਕਸ਼ਨ ਤੁਸੀਂ ਕਿਵੇਂ ਕੀਤੀ? ਹੈਪੀ ਬਾਈ ਉਹਨਾਂ ਦੇ ਨੇ। ਹਾਂ ਹੈਪੀ ਬਾਈ ਉਹਨਾਂ ਦੇ ਹੋ ਗਏ, ਜਾਂ ਜਿਵੇਂ ਮੈਨੂੰ ਲਾਈਕ ਇਹ ਜਿਹੜੇ ਇਹ ਜਿਨ੍ਹਾਂ ਦੇ ਵਿੱਚ ਮੇਰੀ ਉਹ ਨਹੀਂ ਹੈਗੀ, ਮਤਲਬ ਜਾਂ ਪ੍ਰੈਜੈਂਸ ਨਹੀਂ ਹੈਗੀ, ਤੇ ਉਹ ਮੇਰੇ ਤੋਂ ਬਿਨਾਂ ਪੁੱਛੇ ਵੀ ਭਾਜੀ ਉਹਨਾਂ ਨੇ ਕੀਤੇ ਹੋਣਗੇ, ਕਿਉਂਕਿ ਨੰਬਰਿੰਗ ਤੇ ਆਉਣਾ ਕੋਈ ਗੀਤ ਜਾਂ ਟਾਈਟਲ, ਮਤਲਬ ਤੁਸੀਂ ਮੰਨ ਲਓ ਵੀ ਸਕਰੋਲਿੰਗ ਟਾਈਟਲ ਤੇ ਆਉਣਾ ਲਾਸਟ ਵਿੱਚ, ਰਾਈਟ? ਸੋ ਜਿਨ੍ਹਾਂ ਦੇ ਵਿੱਚ ਜਿਵੇਂ ਆਪਣਾ ਗੁਲਾਬੀ ਪਾਣੀ ਹੈ ਉਹਦੇ 'ਚ ਹੈਗਾ ਮੈਂ, ਜਾਂ ਅਵੰਗ ਜਿਹੜਾ ਸੀ ਦੁਬਾਰਾ ਕੀਤਾ ਚਲੋ ਕੀਤੀ ਮੈਂ, ਤੇ ਇੱਕ ਜਿਹੜਾ ਗੱਡੇ ਦੇ ਪੰਜਾਬ ਘੁਮਾ ਦੇ ਹਾਣੀਆਂ ਜਾਂ ਕਾਲਾ ਸੂਟ, ਉਹ ਸਾਰੇ ਮਤਲਬ ਸਾਡੀ ਸਿਲੈਕਸ਼ਨ ਸੀ। ਜਾਂ ਇੱਕ ਭਾਜੀ ਨੇ ਉਹ ਮਤਲਬ ਅਸੀਂ ਰਲ ਕੇ ਚਲੋ ਡਨ ਕੀਤਾ ਸੀ, ਸੁਣਾਇਆ ਭਾਜੀ ਉਹਨਾਂ ਨੇ ਸੀਗਾ ਜਿਹੜਾ ਸੈਡ ਸੌਂਗ ਸੀਗਾ ਵੀਰ ਨੱਥੂ ਮਾਜਰੇ ਵੀਰ ਦਾ ਰੱਬ ਜਾਣੇ। ਹਾਂ ਤੇ ਜਿਹੜਾ ਵੰਗ ਵਾਲਾ ਗਾਣਾ ਇਹ ਮੈਨੂੰ ਸਮਝ ਨਹੀਂ ਆਈ, ਜਦੋਂ ਇੱਕ ਫਿਲਮ 'ਚ ਹੈ ਤੁਸੀਂ ਅਲੱਗ ਤੋਂ ਕਰਨ ਦਾ ਕੀ ਮਕਸਦ? ਭਾਜੀ ਮੰਗ ਬਹੁਤ ਸੀ। ਅੱਛਾ ਵੰਗ ਦੀ ਮੰਗ ਬਹੁਤ ਸੀ ਭਾਜੀ, ਕੀਤਾ ਜਾਵੇ ਤੇ ਸਿਰਫ ਲੋਕਾਂ ਨੇ ਕੀਤਾ ਭਾਜੀ, ਕੋਈ ਮਤਲਬ ਫਿਲਮ ਦਾ ਜਾਂ ਉਹਦੇ ਨਾਲ ਕੋਈ ਲੱਲਾ ਕੱਖਾ ਨੀਗਾ, ਨਾ ਫਿਲਮ ਦੇ ਵਿੱਚ ਹੈ ਇਹ, ਸਿਰਫ ਜਿਹੜੀਆਂ ਉਹ 2 ਲਾਈਨਾਂ ਲੋਕਾਂ ਨੇ ਬਹੁਤ ਜ਼ਿਆਦਾ ਕਬੂਲੀਆਂ, ਬਹੁਤ ਹੀ ਜ਼ਿਆਦਾ ਕਬੂਲੀਆਂ, ਤੇ ਉਹ ਜਿਹੜੀਆਂ 2 ਲਾਈਨਾਂ ਉਹ ਫਿਲਮ ਦੇ ਵਿੱਚ ਨੇ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਸਪੋਂਸ ਮਿਲਿਆ, ਤਾਂ ਕਰਕੇ ਸਿਰਫ ਇਹ ਮਤਲਬ ਆਪਣੇ ਚਾਹੁਣ ਵਾਲਿਆਂ ਲਈ ਤੇ ਆਪਣੇ ਫੈਨਸ ਲਈ ਗੀਤ ਕੀਤਾ ਸਰ। ਗੁੱਡ। ਵੈਸੇ ਤਾਂ ਤੁਸੀਂ ਆਪਣੇ ਲਾਈਵ ਸ਼ੋਜ਼ ਦੇ ਵਿੱਚ ਓਬਵੀਅਸ ਹੈ ਕਿ ਇਹ ਗਾਣੇ ਦੀ ਮੰਗ ਉੱਥੇ ਵੀ ਉੱਠਦੀ ਹੋਣੀ ਹੈ, ਤੇ ਮੈਂ ਚਾਹ ਰਿਹਾ ਸੀ ਇਹਦਾ ਕੱਲਾ ਸਥਾਈ ਨਹੀਂ ਸਥਾਈ ਤੇ ਅੰਤਰਾਣਾ ਦੇ ਗਾਣਾ, ਕਹਿੰਦਾ ਕੀ ਹੈ ਇਹ? ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲਲਾਨਾਪ, ਜੋ ਤੇਰੇ ਦਿਲ ਵਿੱਚ ਧੜਕ ਰਿਹਾ ਉਹ ਮੈਨੂੰ ਬਿਲਕੁਲ ਸੁਣਦਾ ਸਾਫ, ਹੋ ਮੱਲੋ ਮੱਲੀ ਡਿੱਗ ਪੈਂਦਾ ਹੈ ਜ਼ਮੀਨ ਤੇ, ਹੋਵੇ ਪਿਆਰ ਵਾਲਾ ਫਲ ਜਦੋਂ ਪੱਕਿਆ, ਉਹ ਪਲਾ ਕੰਧਾਂ ਨੂੰ ਕਰਾ ਕੇ ਹੋਰ ਉੱਚੀਆਂ, ਕਿਨੇ ਉੱਡਣੇ ਸੱਪਾਂ ਨੂੰ ਬਿੱਲ ਡੱਕਿਆ, ਤੇਰਾ ਹੁਸਨ ਹੈ ਬਰਫ਼ ਜਿਹਾ ਦੇਖੀ ਤਪ ਤਪ ਬਣ ਜਾਏ ਭਾਫ਼। ਨੀ ਮੈਂ ਕੰਮ ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲਹਿਲਾਨਾਪ, ਜੋ ਤੇਰੇ ਦਿਲ ਵਿੱਚ ਧੜਕ ਰਿਹਾ ਉਹ ਮੈਨੂੰ ਬਿਲਕੁਲ ਸੁਣਦਾ ਸਾਫ਼। ਥੈਂਕ ਯੂ ਭਾਜੀ, ਆਹ ਬਾਤ ਹੈ। ਅਤੇ ਐਮੀ ਵੀਰੇ ਆਪਣੀਆਂ ਖੈਰ ਮੁਲਾਕਾਤਾਂ ਪਹਿਲਾਂ ਵੀ ਬਹੁਤ ਹੋਈਆਂ ਨੇ, ਔਰ ਜਿਹੜਾ ਇਹ ਮੌਕਾ ਹੈਗਾ ਮੁਕਲਾਵਾ ਫਿਲਮ ਰਿਲੀਜ਼ ਹੋਣੀ ਹੈ, ਉਮੀਦ ਕਰਦੇ ਹਾਂ ਕਿ ਤੁਹਾਡਾ ਹੁਨਰ ਇਸ ਫਿਲਮ ਦੇ ਵਿੱਚ ਹੋਰ ਦਿਖੇ ਔਰ ਇਹ ਫਿਲਮ ਬੈਂਚ ਮਾਰਕ ਸੈੱਟ ਕਰੇ ਪੰਜਾਬੀ ਸਿਨੇਮਾ ਦਾ। ਥੈਂਕਸ, ਬਹੁਤ ਬਹੁਤ ਸ਼ੁਭਕਾਮਨਾਵਾਂ। ਮਿਹਰਬਾਨੀ ਭਾਜੀ, ਬਹੁਤ ਬਹੁਤ ਥੈਂਕ ਯੂ। ਲਓ ਜੀ, ਬਿਹਤਰੀਨ ਗਾਣਿਆਂ ਦੇ ਲਈ ਸੁਣਦੇ ਰਹੋ ਮਾਇਆ ਐਫ ਐਮ, ਚਲੋ ਅੱਜ ਕੁਛ ਅੱਛਾ ਸੁਣਦੇ ਹਾਂ।